ਪ੍ਰਸਾਦ ਸੱਚ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਪਟਰਾਨੀ ਮੈਂ ਕੌਣ ਬਿਠਾਈ ਅਪਰ ਭਲੇ ਬਲ ਮੈਂ ਸਮੁਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀਏ ਕੁੱਲ ਆਲਮ ਪਤਤ ਪਾਵਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸ਼ਸ਼ੋਭਤ ਹੋ ਰਹੀ ਗੁਰੂ ਕੀ ਸੰਗਤ ਅਤੇ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਵਾਹਿਗੁਰੂ ਗੁਰਬਾਣੀ ਦੇ ਕੀਰਤਨ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀਆਂ ਦਾ ਇਤਿਹਾਸ ਸਰਵਨ ਕਰ ਰਹੇ ਹਾਂ। ਮਹਾਰਾਜ ਸਾਹਿਬ ਜੀ ਬੰਗਲਾ ਸਾਹਿਬ ਦੇ ਸਥਾਨ ਤੋਂ ਚੱਲ ਕੇ ਬਾਰ ਬਾਰ ਜਮਨਾ ਦੇ ਕੰਢੇ 'ਤੇ ਸੋਹਣੀ ਥਾਂ ਵੇਖ ਕੇ ਉੱਥੇ ਆਪਣਾ ਡੇਰਾ ਕਰਵਾਇਆ। ਇੱਧਰ ਜੈ ਸਿੰਘ ਸਵਾਈ ਰਾਜਾ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਪਹੁੰਚਿਆ। ਔਰੰਗਜ਼ੇਬ ਨੇ ਪੁੱਛਿਆ ਜੈ ਸਿੰਘ ਸਵਾਈ ਰਾਜੇ ਨੂੰ ਵੀ ਸਤਿਗੁਰਾਂ ਦੇ ਵਿੱਚ ਕਿਵੇਂ ਕਰਾਮਾਤ ਵੇਖੀ ਹੈ। ਇਹ ਜੈ ਸਿੰਘ ਸਵਾਈ ਰਾਜਾ ਦੱਸਦਾ ਪਿਆ, ਕਹਿਣ ਲੱਗਾ ਜੀ ਮੈਂ ਪਰਖ ਕਰਨ ਦਾ ਇੱਕ ਤਰੀਕਾ ਇਹ ਬਣਾਇਆ ਸੀ ਵੀ ਆਪਣੀ ਰਾਣੀ ਨੂੰ ਸਾਦੇ ਕੱਪੜੇ ਪਵਾਏ ਸਨ ਅਤੇ ਜਿਹੜੀਆਂ ਦਾਸੀਆਂ ਸਨ ਉਹਨਾਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਕੇ ਅਤੇ ਮਹਿਲ ਦੇ ਵਿੱਚ ਬਿਠਾਇਆ ਅਤੇ ਮਨਸ਼ਾ ਇਹ ਰੱਖੀ ਹੈ ਕਿ ਸਤਿਗੁਰੂ ਜੀ ਅਸਲੀ ਰਾਣੀ ਨੂੰ ਪਹਿਚਾਣ ਲੈਣ। ਇਸ ਤਰ੍ਹਾਂ ਇਹ ਜੈ ਸਿੰਘ ਸਵਾਈ ਰਾਜਾ ਦੱਸਦਾ ਪਿਆ ਔਰੰਗਜ਼ੇਬ ਨੂੰ। ਇਹ ਇਤਿਹਾਸ ਆਪਾਂ ਪਿੱਛੇ ਸਰਵਨ ਕਰਿਆ ਏ। ਹੁਣ ਇੱਥੋਂ ਅੱਗੇ ਮਹਾਰਾਜ ਕੀ ਕੌਤਕ ਵਰਤਾਉਂਦੇ ਨੇ ਸਰਵਨ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿ ਸਾਹਿਬ ਜੀ। ਪਟਰਾਨੀ ਮੈਂ ਕੌਣ ਬਿਠਾਈ। ਉਸ ਵੇਲੇ ਜੈ ਸਿੰਘ ਦੱਸਦਾ ਪਿਆ, ਰਾਜਾ ਕਹਿੰਦਾ ਜੀ ਮੈਂ ਆਪਣੀ ਪਟਰਾਨੀ ਨੂੰ ਇੱਕ ਕੋਨੇ ਦੇ ਵਿੱਚ ਇੱਕ ਨੁੱਕਰ ਦੇ ਵਿੱਚ ਬਿਠਾ ਦਿੱਤਾ ਵੀ ਸਤਿਗੁਰਾਂ ਨੂੰ ਪਤਾ ਨਾ ਲੱਗੇ। ਅਪਰ ਭਲੇ ਬਲ ਮੈਂ ਸਮੁਦਾਈ। ਅਪਰ ਭਲੇ ਥਲ ਬਾਕੀ ਜਿਹੜੀਆਂ ਹੋਰ ਗੋਲੀਆਂ ਸਨ ਦਾਸੀਆਂ ਸਨ ਉਹਨਾਂ ਨੂੰ ਮਹਿਲ ਦੇ ਵਿਚਕਾਰ ਬਿਠਾਇਆ, ਸੋਹਣੇ ਕੱਪੜੇ ਸੋਹਣੇ ਗਹਿਣੇ ਪਵਾ ਕੇ, ਪਰ ਅਸਲੀ ਰਾਣੀ ਨੂੰ ਇੱਕ ਪਿੱਛੇ ਕੋਨੇ ਨੁੱਕਰ ਦੇ ਵਿੱਚ ਬਿਠਾ ਦਿੱਤਾ ਹੈ। ਜੇ ਅੰਤਰ ਜਾਮੀ ਗੁਰ ਅਹੈ। ਤੇ ਮਨ ਦੀ ਮਨਸ਼ਾ ਇਹ ਸੀ ਵੀ ਜੇ ਸਤਿਗੁਰੂ ਅੰਤਰ ਜਾਮੀ ਨੇ, ਜੇ ਮਨ ਦੀਆਂ ਮਹਾਰਾਜ ਜਾਣਦੇ ਹਨ। ਮਹਿਕੀ ਅੰਕ ਜਾਏ ਕੈ ਬਹਿ। ਸਤਿਗੁਰੂ ਜੀ ਫਿਰ ਅਸਲੀ ਪਟਰਾਣੀ ਦੀ ਗੋਦੀ ਵਿੱਚ ਜਾ ਕੇ ਬੈਠਣ। ਉਹ ਜਿਹੜੀ ਰਾਜੇ ਦੀ ਰਾਣੀ ਸੀ ਨਾ, ਉਹਨੇ ਇਹ ਆਪਣੇ ਮਨ ਦੇ ਵਿੱਚ ਫੁਰਨਾ ਕੀਤਾ ਸੀਗਾ ਵੀ ਸਤਿਗੁਰੂ ਜੀ ਮੇਰੀ ਝੋਲੀ ਵਿੱਚ ਆ ਕੇ ਬੈਠਣ, ਮੇਰੀ ਗੋਦ ਵਿੱਚ, ਅਤੇ ਤਾਂ ਮੈਂ ਜਾਣਾਂਗੀ ਵੀ ਮਹਾਰਾਜ ਅੰਤਰਜਾਮੀ ਨੇ। ਅਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ 7 ਸਾਲ ਦੀ ਉਮਰ ਹੈ, ਚੱਲਦਿਆਂ ਚੱਲਦਿਆਂ ਉਸ ਰਾਣੀ ਦੀ ਝੋਲੀ ਵਿੱਚ ਜਾ ਕੇ ਬੈਠੇ ਹਨ। ਚਿਤਵਤ ਕਰਕੇ ਸਭ ਤਿਆਰੀ। ਕਹਿੰਦੇ ਵੀ ਇਸ ਤਰ੍ਹਾਂ ਅਸੀਂ ਸਾਰੀ ਤਿਆਰੀ ਕੀਤੀ ਹੈ। ਆਏ ਕੀਨ ਮੈਂ ਬਿਨੈ ਅਗਰ। ਮੈਂ ਸਤਿਗੁਰਾਂ ਨੂੰ ਬੇਨਤੀ ਕੀਤੀ, ਇਹ ਸਾਰਾ ਮੈਂ ਪਹਿਲਾਂ ਤਿਆਰੀ ਕਰ ਲਈ ਵੀ ਪਰਖ ਕਿਵੇਂ ਕਰਨੀ ਹੈ, ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਜਾਣ ਵਾਸਤੇ। ਹਮ ਤੇ ਪਤਾ ਚਾਹੇ ਮਨ ਜਾਣ। ਤੇ ਸਤਿਗੁਰੂ ਜੀ ਹਮ ਤੇ ਪਤਾ ਚਾਹੇ, ਮਹਾਰਾਜ ਜਾਣ ਗਏ। ਹੁਣ ਜੈ ਸਿੰਘ ਸਵਾਈ ਰਾਜਾ ਦੱਸਦਾ ਪਿਆ ਵੀ ਭਾਵੇਂ ਅਸੀਂ ਮਹਾਰਾਜ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਤੁਹਾਡੀ ਪਰਖ ਕਰਨ ਲੱਗੇ ਹਾਂ, ਪਰ ਮਹਾਰਾਜ ਪਹਿਲਾਂ ਜਾਣ ਗਏ ਵੀ ਇਹ ਸਾਡੀ ਪਰਖ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਪਾਤਸ਼ਾਹ ਜੀ ਜਾਣ ਕੇ ਜਾਂ ਤੇ ਰੁੱਖ ਫੇਰਨ ਕੋ ਠਾਨ। ਤੇ ਸਤਿਗੁਰੂ ਪਾਤਸ਼ਾਹ ਜੀ ਜਾਣਾ ਨਹੀਂ ਸਨ ਚਾਹੁੰਦੇ, ਆਪਣਾ ਰੁੱਖ ਨਹੀਂ ਸਨ ਕਰਦੇ ਸਾਡੇ ਘਰ ਜਾਣ ਵਾਸਤੇ। ਤਉ ਹੋਏ ਨੰਮਰੀ ਬਹੁ ਭੰਤੀ। ਤਾਂ ਵੀ ਮੈਂ ਬਹੁਤ ਜ਼ਿਆਦੀਆਂ ਬੇਨਤੀਆਂ ਉਸ ਵੇਲੇ ਕਰਕੇ ਕਹਿ ਕਹਿ ਕੀਰਤ ਕੀ ਗਨ ਬਾਤੀ। ਸਤਿਗੁਰਾਂ ਦੀ ਬੜੀ ਵਡਿਆਈ ਕੀਤੀ। ਜੈ ਸਿੰਘ ਸਵਾਈ ਰਾਜਾ ਕਹਿੰਦਾ ਮਹਾਰਾਜ ਨੂੰ ਵਾਰ ਵਾਰ ਕਹਿ ਕੇ ਲੇ ਗਮਨਿਓ ਮੰਦਰ ਰਣਵਾਸਾ। ਸਤਿਗੁਰਾਂ ਨੂੰ ਮੈਂ ਆਪਣੇ ਘਰ ਮਹਿਲ
ਮਹਿਲਾਂ ਦੇ ਵਿੱਚ ਲੈ ਗਿਆ ਜਿੱਥੇ ਮੇਰੇ ਮਹਿਲ ਹਨ। ਜਬ ਪਹੁੰਚੇ ਸਭ ਤ੍ਰਿਯਨ ਪਾਸਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਮੇਰੇ ਮਹਿਲਾਂ ਵਿੱਚ ਗਏ ਤੇ ਮਹਿਲਾਂ ਵਿੱਚ ਕਈ ਇਸਤਰੀਆਂ ਬੈਠੀਆਂ ਸਨ ਤੇ ਉਹਨਾਂ ਇਸਤਰੀਆਂ ਬੀਬੀਆਂ ਦੇ ਕੋਲ ਜਾ ਕੇ ਫੁੱਲ ਛੜੀ ਸਿਰ ਧਰ ਕਹਿ ਬਾਣੀ, ਸਤਿਗੁਰਾਂ ਨੇ ਹੱਥਾਂ ਵਿੱਚ ਫੁੱਲਾਂ ਦੀ ਇੱਕ ਛੜੀ ਸੋਟੀ ਫੜੀ ਹੋਈ, ਫੁੱਲਾਂ ਦੀ ਸੋਟੀ ਮਹਾਰਾਜ ਨੇ ਹੱਥ ਵਿੱਚ ਫੜੀ ਹੋਈ ਹੈ। ਨਹਿ ਭੂਪਤ ਕੀ ਪਟਰਾਣੀ, ਤੇ ਸਤਿਗੁਰੂ ਪਾਤਸ਼ਾਹ ਜੀ ਉਹ ਸੋਟੀ ਸਿਰ ਦੇ ਨਾਲ ਲਾਉਂਦੇ ਸਨ ਹਰੇਕ ਇਸਤਰੀ ਦੇ, ਤੇ ਨਾਲ ਹੀ ਕਹਿ ਦਿੰਦੇ ਵੀ ਇਹ ਰਾਜੇ ਦੀ ਰਾਣੀ ਨਹੀਂ ਹੈ, ਕਿਉਂਕਿ ਉਹ ਹੈ ਵੀ ਰਾਣੀਆਂ ਨਹੀਂ, ਉਹ ਤੇ ਦਾਸੀਆਂ ਸਨ, ਗੋਲੀਆਂ ਸਨ। ਰਾਣੀਆਂ ਵਾਲੇ ਬਸਤਰ ਜ਼ਰੂਰ ਉਹਨਾਂ ਨੇ ਪਾਏ ਸਨ ਪਰ ਹੈ ਨਹੀਂ। ਹੁਣ ਸਤਿਗੁਰੂ ਤੇ ਜਾਣੀ ਜਾਣਦੇ ਨਾ ਮਹਾਰਾਜ ਸਿਰ 'ਤੇ ਸੋਟੀ ਲਾਉਂਦੇ, ਕਹਿੰਦੇ ਵੀ ਨਹੀਂ ਇਹ ਵੀ ਰਾਜੇ ਦੀ ਰਾਣੀ ਨਹੀਂ ਹੈ, ਇਸ ਤਰ੍ਹਾਂ ਕਹਿ ਕੇ ਫਿਰ ਅਗਲੀ ਕੋਲ ਚਲੇ ਜਾਂਦੇ, ਉਹਦੇ ਕੋਲ ਜਾ ਕੇ ਵੀ ਇਹ ਗੱਲ ਕਹਿੰਦੇ ਫਿਰ ਅੱਗੇ ਚਲੇ ਜਾਂਦੇ। ਇਸ ਤਰ੍ਹਾਂ ਮਹਾਰਾਜ ਨੇ ਕੌਤਕ ਕੀਤਾ ਹੈ। ਸਗਰੀ ਨਾਰ ਉਲੰਘਤ ਗਏ, ਸਾਰੀਆਂ ਇਸਤਰੀਆਂ ਦੇ ਵਿੱਚੋਂ ਮਹਾਰਾਜ ਹੀ ਅੱਗੇ ਤੋਂ ਅੱਗੇ ਤੁਰੇ ਜਾਂਦੇ ਹਨ। ਬੈਠੀ ਜਹਾਂ ਮਿਲਨ ਪਟ ਲੈ, ਇਹ ਜੈ ਸਿੰਘ ਸਵਾਈ ਰਾਜਾ ਦੱਸਦਾ ਵੀ ਜਿੱਥੇ ਮੇਰੀ ਪਟਰਾਣੀ ਬੈਠੀ ਸੀ ਨਾ, ਮੈਲੇ ਜੈ ਸਾਦੇ ਜੈ ਕੱਪੜੇ ਪਾ ਕੇ, ਆਮ ਕੰਮ ਕਰਾਂ ਵਾਲੇ ਕੱਪੜੇ ਪਾ ਕੇ ਜਿੱਥੇ ਬੈਠੀ ਹੋਈ ਹੈ। ਤੇ ਮਨੋਰਥ ਇਮ ਉਰਮਾਹੀ, ਮੇਰੀ ਇਸਤਰੀ ਨੇ, ਰਾਣੀ ਨੇ, ਪਟਰਾਣੀ ਨੇ ਇਹ ਮਨ ਵਿੱਚ ਮਨੋਰਥ ਕਰ ਲਿਆ ਵੀ ਜੇ ਸਤਿਗੁਰੂ ਮੇਰੇ ਕੋਲ ਆਉਣ ਤੇ ਮੇਰੀ ਝੋਲੀ ਵਿੱਚ ਆ ਕੇ ਬੈਠਣ, ਇਹ ਉਸਨੇ ਮਨ ਵਿੱਚ ਮਨੋਰਥ ਕੀਤਾ ਹੈ। ਮੋਹਨੇ ਅੰਕ ਨਾ ਬੈਠਾ ਕਾਹੀ, ਸਤਿਗੁਰੂ ਪਾਤਸ਼ਾਹ ਜੀ ਮੇਰੇ ਬਿਨਾਂ ਹੋਰ ਕਿਸੇ ਦੀ ਝੋਲੀ ਵਿੱਚ ਨਾ ਬਹਿਣਾ ਕਰਨਾ। ਸੋ ਮਨ ਜਾਣ ਗਏ ਤਿਸ ਪਾਸ, ਸਤਿਗੁਰੂ ਜੀ ਉਸ ਵੇਲੇ ਇਹ ਗੱਲ ਰਾਣੀ ਦੀ ਜਾਣ ਕੇ ਤੇ ਉਹ ਮੇਰੀ ਰਾਣੀ ਦੇ ਕੋਲ ਚਲੇ ਗਏ। ਪਟਰਾਣੀ ਬਾਗ ਪ੍ਰਕਾਸ਼ ਨਾਲ ਹੀ ਜਾ ਕੇ ਆਖਿਆ, ਕੋਲ ਖੜ ਕੇ ਕਹਿਣ ਲੱਗੇ, ਆ ਹੈ ਪਟਰਾਣੀ। ਭਾਵੇਂ ਕਿ ਉਹ ਸਾਦੇ ਕੱਪੜੇ ਪਾ ਕੇ ਬੈਠੀ ਸੀ, ਅੱਖਾਂ ਨੀਵੀਆਂ ਕਰਕੇ, ਮੂੰਹ ਨੀਵਾਂ ਕਰਕੇ ਬੈਠੀ ਹੈ, ਸਤਿਗੁਰੂ ਜੀ ਉਹਦੇ ਕੋਲ ਜਾ ਕੇ ਕਹਿਣ ਲੱਗੇ, ਇਹ ਹੈ ਰਾਜੇ ਦੀ ਰਾਣੀ, ਇਹ ਮੁੱਖ ਤੋਂ ਬਚਨ ਆਖੇ ਹਨ। ਬੈਠੇ ਜਾਏ ਅੰਕ ਤਤਕਾਲ, ਇਹਨਾਂ ਬਚਨ ਕਹਿੰਦਿਆਂ ਨਾਲ ਸਤਿਗੁਰੂ ਝੱਟ ਹੀ ਉਹਦੀ ਝੋਲੀ ਵਿੱਚ ਬਹਿ ਗਏ, ਉਹਦੀ ਗੋਦੀ ਵਿੱਚ ਬੈਠ ਗਏ, ਕਿਉਂਕਿ ਉਹਦੇ ਮਨ ਦੀ ਮਨਸ਼ਾ ਸੀ ਵੀ ਮਹਾਰਾਜ ਮੇਰੀ ਝੋਲੀ ਵਿੱਚ ਆ ਕੇ ਬੈਠਣ, ਉਸੇ ਵੇਲੇ ਬੈਠ ਗਏ ਹਨ। ਬਿਸਮ ਅਵਲੋਗਤ ਬਾਲਾ, ਤੇ ਉਸ ਵੇਲੇ ਸਾਰੀਆਂ ਜਨਾਨੀਆਂ ਜਿੰਨੀਆਂ ਇਸਤਰੀਆਂ ਬੈਠੀਆਂ ਸਨ ਸਾਰੀਆਂ ਹੈਰਾਨ ਹੋ ਗਈਆਂ ਵੀ ਮਹਾਰਾਜ ਜਾਣੀ ਜਾਣ, ਸਾਰਿਆਂ ਨੂੰ ਬੜੀ ਹੈਰਾਨਗੀ ਹੋਈ ਹੈ। ਪਰਖਣ ਕੀ ਬਿਦ ਸਗਰੀ ਜਾਣੀ, ਇਹ ਅਸੀਂ ਪਰਖਣ ਦਾ ਇੱਕ ਤਰੀਕਾ ਰੱਖਿਆ ਸੀ ਵੀ ਮਹਾਰਾਜ ਨੂੰ ਪਰਖਿਆ ਜਾਵੇ, ਤੇ ਇਸ ਤਰੀਕੇ ਦੇ ਨਾਲ ਅਸੀਂ ਪਰਖਿਆ ਹੈ। ਕੋਪ ਤੇ ਗਿਰਾ ਬਖਾਨੀ, ਸਤਿਗੁਰੂ ਸਾਡੇ ਨਾਲ ਨਾਰਾਜ਼ ਹੋ ਗਏ, ਇਹ ਸਾਰੀਆਂ ਗੱਲਾਂ ਪਿੱਛੇ ਹੋ ਗਈਆਂ ਨੇ। ਹੁਣ ਇਸ ਵੇਲੇ ਜੈ ਸਿੰਘ ਰਾਜਾ ਇਹ ਸਾਰੀ ਗੱਲ ਔਰੰਗਜ਼ੇਬ ਨੂੰ ਦੱਸਦਾ ਪਿਆ, ਕਹਿਣ ਲੱਗੇ ਵੀ ਜਦੋਂ ਮਹਾਰਾਜ ਦੀ ਪਰਖ ਕੀਤੀ ਤੇ ਸਤਿਗੁਰੂ ਪਾਤਸ਼ਾਹ ਫਿਰ ਸਾਡੇ ਨਾਲ ਨਾਰਾਜ਼ ਹੋ ਗਏ ਉਸ ਵੇਲੇ, ਤੇ ਨਾਰਾਜ਼ ਹੋ ਕੇ ਫਿਰ ਸੁਣ ਹਮ ਹੱਥ ਜੋੜ ਬਖਸ਼ਾਈ, ਤੇ ਉਸ ਵੇਲੇ ਫਿਰ ਸਤਿਗੁਰਾਂ ਦੇ ਅੱਗੇ ਹੱਥ ਜੋੜੇ, ਬੇਨਤੀਆਂ ਕਰਕੇ ਆਪਣੇ ਆਪ ਨੂੰ ਬਖਸ਼ਾਇਆ ਹੈ। ਹਿਮ ਅਜ਼ਮਤ ਕਾਮਲ ਪਤੇ ਆਈ, ਇਸ ਤਰ੍ਹਾਂ ਵੀ ਅਸੀਂ ਸਤਿਗੁਰਾਂ ਦੀ ਸ਼ਕਤੀ ਪਰਖੀ ਹੈ। ਜੈ ਸਿੰਘ ਸਵਾਈ ਰਾਜਾ ਇਸ ਤਰ੍ਹਾਂ ਦੱਸਦਾ ਪਿਆ ਵੀ ਇਵੇਂ ਅਸੀਂ ਪਰਖਿਆ ਹੈ। ਸੁਣ ਨੌ ਰੰਗ ਮਨ ਸੱਚੀ ਜਾਣ, ਜਦੋਂ ਔਰੰਗਜ਼ੇਬ ਨੇ ਗੱਲ ਸੁਣੀ ਤੇ ਕਹਿਣ ਲੱਗਾ ਵੀ ਇਹ ਗੱਲ ਤੇ ਵਾਕਿਆ ਹੀ ਮੈਨੂੰ ਸੱਚੀ ਲੱਗਦੀ ਹੈ। ਓ ਜੈ ਸਿੰਘ ਮੇਲ ਮਮਠਾਨ, ਹੁਣ ਰਾਜੇ ਦੇ ਮਨ ਵਿੱਚ ਫਿਰ ਇੱਛਾ ਜਾਗ ਪਈ ਹੈ, ਕਹਿਣ ਲੱਗਾ ਔਰੰਗਜ਼ੇਬ ਕਿ ਜੈ ਸਿੰਘ ਸਵਾਈ ਰਾਜੇ ਮੇਰੀ ਹੁਣ ਇੱਛਾ ਹੋਰ ਬਣ ਗਈ ਹੈ ਵੀ ਸਤਿਗੁਰਾਂ ਨੂੰ ਮਿਲਾਂ। ਹੁਣ ਕਿਵੇਂ ਨਾ ਕਿਵੇਂ ਤਰਕੀਬ ਬਣਾ, ਬਹਾਨਾ ਲੱਭ ਵੀ ਮਹਾਰਾਜ ਨੂੰ ਕਿਵੇਂ ਮਿਲਿਆ ਜਾਏ, ਸਤਿਗੁਰਾਂ ਦੇ ਨਾਲ ਮਿਲਣ ਦੀ ਮੇਰੀ ਇੱਛਾ ਪੂਰੀ ਕਰ। ਜਿਉਂ ਕਿਉਂ ਕਰ ਦਰਸ਼ਨ ਕਰਵਾ, ਕਿਵੇਂ ਕਿਵੇਂ ਕਰ, ਕੋਈ ਨਵੇਂ ਤੋਂ ਨਵਾਂ ਕੋਈ ਸਕੀਮ ਬਣਾ ਤੇ ਸਤਿਗੁਰਾਂ ਦੇ ਮੈਨੂੰ ਦਰਸ਼ਨ ਕਰਾਉਣਾ ਕਰੋ। ਅਜ਼ਮਤ ਤਨ ਕੀ ਤਵੇ ਦਿਖਾਵੋ, ਸਤਿਗੁਰਾਂ ਦੀ ਮੈਨੂੰ ਅਜ਼ਮਤ ਸ਼ਕਤੀ ਵਿਖਾਉਣਾ ਕਰੋ। ਨਿਜ ਦਿਸ਼ ਤੇ ਕਹਿ ਕੇ ਬਹੁਰੀ, ਮੇਰੇ ਵੱਲੋਂ ਬਹੁਤ ਸਾਰੀਆਂ ਸਤਿਗੁਰਾਂ ਨੂੰ ਬੇਨਤੀਆਂ ਕਰਨਾ ਕਰ। ਕੀਜੈ ਬਿਰਮਾਵਨ ਸ਼ੁਭ ਚੀਤ, ਸਤਿਗੁਰਾਂ ਨੂੰ ਭਰਮਾਲ ਹੈ ਗੱਲਾਂ ਦੇ ਵਿੱਚ, ਕਿਉਂਕਿ ਉਹ ਤੇ ਛੋਟੇ ਨੇ, 7 ਸਾਲ ਦੀ ਉਮਰ ਹੈ, ਤੂੰ ਐਡਾ ਸਿਆਣਾ ਰਾਜਾ ਹੈ, ਇਹੋ ਜਿਹੀਆਂ ਗੱਲਾਂ ਕਰ ਮਹਾਰਾਜ ਦੇ ਕੋਲ ਜਾ ਕੇ ਵੀ ਉਹ ਭਰਮ ਵਿੱਚ ਪੈ ਜਾਣ ਤੇ ਮੰਨ ਹੀ ਜਾਣ ਮੈਨੂੰ ਮਿਲਣ ਵਾਸਤੇ, ਇਹੋ ਜਿਹੀ ਯੋਜਨਾ ਬਣਾਉਣਾ ਕਰ। ਤਬ ਜੈ ਸਿੰਘ ਕਹੇ ਉਹ ਕਰ ਜੋਰ, ਜੈ ਸਿੰਘ ਸਵਾਈ ਰਾਜੇ ਨੇ ਸੁਣੀ ਗੱਲ ਔਰੰਗਜ਼ੇਬ ਦੀ ਤੇ ਹੱਥ ਜੋੜ ਕੇ ਫਿਰ ਕਹਿਣ ਲੱਗਾ, ਕਿਉਂ ਨਾ ਕਰੋ ਮੈਂ ਰਾਵਰ ਲੋਰ, ਕਹਿਣ ਲੱਗਾ ਵੀ ਔਰੰਗਜ਼ੇਬ ਬਾਦਸ਼ਾਹ ਮੈਂ ਕਿਉਂ ਨਹੀਂ ਤੇਰੀ ਇੱਛਾ ਪੂਰੀ ਕਰਾਂਗਾ, ਜ਼ਰੂਰ ਪੂਰੀ ਕਰਾਂਗਾ, ਮੈਂ ਅੱਜ ਤੋਂ ਹੀ ਯਤਨ ਸ਼ੁਰੂ ਕਰ ਦਿੰਦਾ ਕਿਵੇਂ ਮਿਲਣਾ ਹੈ। ਪੂਰਬ ਬਹੁਤ ਵਾਰ ਮੈਂ ਭਾਖਾ, ਮੈਂ ਪਹਿਲਾਂ ਵੀ ਤੁਹਾਡੇ ਵੱਲੋਂ ਬੜੀ ਵਾਰ ਬੇਨਤੀ ਕੀਤੀ ਹੈ, ਮਿਲਣ ਤੁਮਾਰੀ ਜਸ ਅਬਲਾ
ਆਖ ਤੇਰੇ ਮਿਲਣ ਦੀ ਇੱਛਾ ਹੈ ਉਵੇਂ ਮੈਂ ਸਤਿਗੁਰਾਂ ਨੂੰ ਆਖਿਆ ਹੈ। ਆਪ ਭੀ ਯਤਨ ਕਰੋ ਕਰ ਬਿਨੈ, ਮੈਂ ਹੁਣ ਵੀ ਯਤਨ ਕਰਾਂਗਾ, ਇਹ ਨਹੀਂ ਵੀ ਪਹਿਲਾਂ ਨਹੀਂ ਯਤਨ ਕੀਤਾ, ਪਹਿਲਾਂ ਵੀ ਕੀਤਾ ਹੈ, ਹੁਣ ਵੀ ਕਰਾਂਗਾ ਵੀ ਕਿਵੇਂ ਨਾ ਕਿਵੇਂ ਸਤਿਗੁਰੂ ਮਿਲਣਾ ਕਰਨ। ਜਥਾ ਮਿਲਣ ਰਾਬਰ ਕੋ ਬਣੇ, ਜਿਵੇਂ ਆਪ ਜੀ ਦਾ ਸਤਿਗੁਰਾਂ ਦੇ ਨਾਲ ਮਿਲਣਾ ਹੋਵੇ ਇਸ ਤਰ੍ਹਾਂ ਦਾ ਮੈਂ ਤਰੀਕਾ ਲੱਭ ਲੈਂਦਾ ਹਾਂ। ਇਮ ਕਹਿ ਸੁਣ ਕੇ ਭੂਪਤ ਆਇਓ, ਇਸ ਤਰ੍ਹਾਂ ਕਹਿ ਕੇ ਜੈ ਸਿੰਘ ਸਵਾਈ ਰਾਜਾ ਔਰੰਗਜ਼ੇਬ ਨੂੰ ਤੇ ਆਪਣੇ ਘਰ ਨੂੰ ਆ ਗਿਆ ਹੈ। ਬੈਠ ਸਦਨ ਪ੍ਰਧਾਨ ਬੁਲਾਇਓ, ਆਪਣੇ ਘਰੇ ਬੈਠ ਕੇ ਜਿਹੜਾ ਵਜ਼ੀਰ ਇਸਨੇ ਭੇਜਿਆ ਸੀ ਨਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਸੇਵਾ ਦੇ ਵਿੱਚ, ਉਸ ਵਜ਼ੀਰ ਨੂੰ ਰਾਜੇ ਨੇ ਆਪਣੇ ਕੋਲ ਬੁਲਾਇਆ ਹੈ। ਕਹੋ ਸਤਿਗੁਰ ਕੀ ਬਾਤ ਬੁਝਾਏ, ਉਹਨੂੰ ਪੁੱਛਿਆ, ਕਹਿਣ ਲੱਗਾ ਵਜ਼ੀਰ ਦੱਸ ਇਸ ਵੇਲੇ ਮਹਾਰਾਜ ਕਿੱਥੇ ਨੇ ਤੇ ਕੀ ਉਹਨਾਂ ਦਾ ਅਗਲਾ ਪ੍ਰੋਗਰਾਮ ਹੈ, ਮੈਨੂੰ ਦੱਸਣਾ ਕਰ। ਜਾਏ ਬਹਿਰ ਕਿਮ ਸਿਵਰ ਲਗਾਏ, ਸਤਿਗੁਰੂ ਬਾਹਰ ਕਿਉਂ ਗਏ ਨੇ ਤੇ ਉਹਨਾਂ ਨੇ ਬਾਹਰ ਟਿਕਾਣਾ ਕਿਉਂ ਕੀਤਾ, ਕਾਰਨ ਕੀ ਹੈ, ਇਹ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਜਵਾਬ ਦੇਣਾ ਕਰ। ਮੋਹ ਪਰ ਕੋਪ ਨਹੀਂ ਹੋਏ ਗਏ, ਸਤਿਗੁਰੂ ਕਿਤੇ ਮੇਰੇ ਨਾਲ ਗੁੱਸੇ ਹੋ ਕੇ ਤੇ ਨਹੀਂ ਨਾ ਗਏ। ਰਾਜਾ ਪੁੱਛਣਾ ਚਾਹੁੰਦਾ ਵੀ ਜੇ ਸਤਿਗੁਰੂ ਪਹਿਲਾਂ ਹੀ ਨਾਰਾਜ਼ ਨੇ ਤੇ ਮੈਂ ਹੋਰ ਕੋਈ ਗੱਲ ਨਾ ਕਰਾਂ, ਤੇ ਜੇ ਨਹੀਂ ਨਾਰਾਜ਼ ਤੇ ਫਿਰ ਮੈਂ ਅਗਲੀ ਗੱਲ ਤੋਰਾਂਗਾ। ਪੁੱਛਦਾ ਪਿਆ ਆਪਣੇ ਵਜ਼ੀਰ ਨੂੰ ਵੀ ਮਹਾਰਾਜ ਮੇਰੇ ਨਾਲ ਗੁੱਸੇ ਹੋ ਕੇ ਗਏ ਜਾਂ ਆਪਣੀ ਮਰਜ਼ੀ ਨਾਲ ਗਏ ਹਨ। ਢਿੱਗ ਤੇ ਦੂਰ ਸਿਧਾਰਥ ਭਏ, ਮੇਰੇ ਪਹਿਲਾਂ ਕੋਲ ਰਹਿੰਦੇ ਸਨ ਮੇਰੇ ਮਹਿਲਾਂ ਦੇ ਵਿੱਚ, ਹੁਣ ਮੈਨੂੰ ਛੱਡ ਕੇ ਦੂਰ ਜਮਨਾ ਦੇ ਕੰਢੇ ਚਲੇ ਗਏ, ਕੀ ਗੱਲ ਹੈ, ਮੈਨੂੰ ਕਿਉਂ ਛੱਡ ਦਿੱਤਾ ਹੈ। ਹੱਥ ਜੋੜ ਪ੍ਰਧਾਨ ਬਖਾਨੇ, ਜਿਹੜਾ ਵਜ਼ੀਰ ਸੀ ਨਾ ਮੁਖੀ, ਉਹਨੇ ਹੱਥ ਜੋੜੇ ਰਾਜੇ ਦੇ ਅੱਗੇ ਜੈ ਸਿੰਘ ਦੇ ਅੱਗੇ ਤੇ ਕਹਿਣ ਲੱਗਾ ਹੈ, ਸਦਾ ਪ੍ਰਸੰਨ ਪਰ ਐਸੇ ਜਾਣੇ। ਕਹਿਣ ਲੱਗੇ ਵੀ ਉਹ ਵਜ਼ੀਰ ਕਹਿਣ ਲੱਗਾ ਵੀ ਸਤਿਗੁਰੂ ਪ੍ਰਸੰਨ ਨੇ ਰਾਜਾ, ਤੇਰੇ ਤੇ ਨਾਰਾਜ਼ ਕੋਈ ਨਹੀਂ, ਤੇਰੇ ਨਾਲ ਗੁੱਸੇ ਨਹੀਂ, ਗੁੱਸੇ ਹੋ ਕੇ ਨਹੀਂ ਤੇਰਾ ਘਰ ਛੱਡਿਆ, ਤੇਰੇ ਤੇ ਖੁਸ਼ ਨੇ, ਸਤਿਗੁਰੂ ਇਸ ਗੱਲ ਨੂੰ ਮੈਂ ਜਾਣਦਾ ਹਾਂ। ਨਹਿਰਿਸਕੀ ਕੁਛ ਬਾਤ ਸੁਣਾਈ, ਉਹਨਾਂ ਨੇ ਕੋਈ ਗੱਲ ਇਹੋ ਜਿਹੀ ਕੀਤੀ ਨਹੀਂ ਵੀ ਸਾਨੂੰ ਕੋਈ ਗੁੱਸਾ ਗਿਲਾ ਹੈ, ਇਹੋ ਜਿਹਾ ਤੇ ਕੋਈ ਵਚਨ ਉਹਨਾਂ ਨੇ ਆਖਿਆ ਨਹੀਂ ਹੈ। ਮੈਂ ਤਿੰਨ ਸੰਗ ਰਹੇ ਅਗਵਾਈ, ਮੈਂ ਉਹਨਾਂ ਦੇ ਨਾਲ ਰਿਹਾ, ਗੱਲਬਾਤ ਹੁੰਦੀ ਰਹੀ ਹੈ, ਪਰ ਆਪਣੇ ਨਾਲ ਨਾਰਾਜ਼ਗੀ ਤੇ ਦੀ ਤੇ ਕੋਈ ਗੱਲ ਨਹੀਂ ਹੈ। ਪ੍ਰਥਮ ਗਏ ਦੇਵੀ ਕੇ ਮੰਦਰ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਜਿਹੜੀ ਕਿਰਪਾ ਮਹਾਰਾਜ ਜੀ ਕਰਦੇ ਪਏ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਤੇਰੇ ਨਾਲ ਨਾਰਾਜ਼ ਕੋਈ ਨਹੀਂ ਹਨ। ਤੁਮਰੀ ਤਪਨ ਕੇ ਅਸਥਾਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਹੋਰ ਹੋਰ ਥਾਵਾਂ ਨੂੰ ਵੇਖਣ ਵਾਸਤੇ, ਇੱਕ ਜਮਨਾ ਜਲ ਹਰਖ ਮਹਾਨ, ਚੱਲਦਿਆਂ ਚੱਲਦਿਆਂ ਮਹਾਰਾਜ ਜਮਨਾ ਦੇ ਕੰਢੇ ਪਹੁੰਚੇ ਤੇ ਸੋਹਣਾ ਥਾਂ ਵੇਖ ਕੇ ਬੜੇ ਖੁਸ਼ ਹੋਏ ਹਨ। ਮੁਝ ਸੋ ਕਯੋ ਭੀਰ ਬਹੁ ਅੰਤਰ, ਉਸ ਵੇਲੇ ਰਾਜੇ ਨੇ ਪੁੱਛਿਆ ਵੀ ਫਿਰ ਗਏ ਕਿਉਂ ਨੇ, ਤੇ ਇਹ ਵਜ਼ੀਰ ਦੱਸਦਾ ਪਿਆ ਵੀ ਮਹਾਰਾਜ ਨੇ ਆਖਿਆ ਸੀ ਵੀ ਸਾਡੇ ਕੋਲ ਇਸ ਵੇਲੇ ਸੰਗਤ ਜ਼ਿਆਦਾ ਆ ਰਹੀ ਹੈ, ਰਾਜੇ ਦਾ ਮਹਿਲ ਇੰਨੀ ਸੰਗਤ ਨੂੰ ਸੰਭਾਲ ਨਹੀਂ ਸਕਦਾ, ਇਸ ਕਰਕੇ ਆਪਾਂ ਖੁੱਲ੍ਹੀ ਜਗ੍ਹਾ 'ਤੇ ਬਾਹਰ ਮੈਦਾਨ ਦੇ ਵਿੱਚ ਡੇਰਾ ਕਰੀਏ ਜਿੱਥੇ ਬੇਅੰਤ ਸੰਗਤ ਆਵੇ ਅਤੇ ਜਾਵੇ ਤਾਂ ਕਿ ਭੀੜ ਨਾ ਬਣੇ। ਇਹ ਜ਼ਿਆਦੀ ਸੰਗਤ ਆਉਣ ਕਰਕੇ ਮਹਾਰਾਜ ਨੇ ਮਹਿਲ ਛੱਡ ਕੇ ਅਤੇ ਬਾਹਰ ਟਿਕਾਣਾ ਕੀਤਾ ਹੈ। ਆਏ ਜਾਏ ਨਿਰੰਕ ਨਿਰੰਤਰ, ਅਤੇ ਇਸ ਤਰ੍ਹਾਂ ਮਹਾਰਾਜ ਜੀ ਆਪ ਬਾਹਰ ਚਲੇ ਗਏ ਹਨ। ਯਾਰ ਰਹਿਣ ਮੈਂ ਹਰਖ ਮਾਰੇ, ਅਤੇ ਇੱਥੇ ਜਦੋਂ ਅਸੀਂ ਗਏ ਜਮਨਾ ਦੇ ਕੰਢੇ 'ਤੇ ਅਤੇ ਸਤਿਗੁਰੂ ਜੀ ਹਰਿਆ ਭਰਿਆ ਥਾਂ ਵੇਖ ਕੇ, ਖੁੱਲ੍ਹੀ ਥਾਂ ਵੇਖ ਕੇ ਕਹਿੰਦੇ ਵੀ ਸਾਡਾ ਇੱਥੇ ਬੜਾ ਮਨ ਲੱਗਦਾ, ਆਹ ਜਗ੍ਹਾ ਬੜੀ ਖੁੱਲ੍ਹੀ, ਅਸੀਂ ਇੱਥੇ ਰਹਿਣਾ ਹੈ। ਮਹਿ ਪਾਲਕ ਸੋ ਦੇਹੋ ਉਚਾਰੇ, ਅਤੇ ਸਤਿਗੁਰਾਂ ਨੇ ਸੁਣਿਆ ਵੀ ਭੇਜਿਆ ਹੈ ਰਾਜਨ, ਸਤਿਗੁਰਾਂ ਨੇ ਆਖਿਆ ਸੀ ਵੀ ਰਾਜੇ ਨੂੰ ਦੱਸ ਦਿਓ ਵੀ ਅਸੀਂ ਆਪਣੀ ਮਰਜ਼ੀ ਨਾਲ ਇੱਥੇ ਜਮਨਾ ਦੇ ਕੰਢੇ 'ਤੇ ਰਹਿਣਾ ਹੈ। ਨਹੀਂ ਅੰਦੇਸ਼ਾ ਕੀ ਜਾ ਕੈਸੇ, ਕਿਸੇ ਤਰ੍ਹਾਂ ਦਾ ਕੋਈ ਅੰਦੇਸ਼ਾ ਨਾ ਕਰ, ਕੋਈ ਸ਼ੰਕਾ ਨਾ ਕਰ, ਕੋਈ ਡਰ ਨਾ ਰੱਖ ਵੀ ਮਹਾਰਾਜ ਨਾਰਾਜ਼ ਹੋ ਕੇ ਗਏ, ਨਾਰਾਜ਼ ਹੋ ਕੇ ਬਿਲਕੁਲ ਨਹੀਂ ਗਏ, ਆਪਣੀ ਮਰਜ਼ੀ ਨਾਲ ਗਏ ਹਨ। ਜੈਸੇ ਤਹਾਂ ਇਹਾਂ ਹਮ ਤੈਸੇ, ਜਿਵੇਂ ਦੇ ਅਸੀਂ ਰਾਜੇ ਦੇ ਮਹਿਲ ਦੇ ਵਿੱਚ ਸੀ ਉਵੇਂ ਦੇ ਅਸੀਂ ਇੱਥੇ ਬਾਹਰ ਹਾਂ। ਸੋ ਇਹ ਸਤਿਗੁਰਾਂ ਨੇ ਬਚਨ ਕਹੇ ਸਨ ਵਜ਼ੀਰ ਨੂੰ ਵੀ ਰਾਜੇ ਨੂੰ ਦੱਸ ਦਿਓ ਜਿਵੇਂ ਦਾ ਰਾਜੇ ਦਾ ਮਹਿਲ ਹੈ ਸਾਡੇ ਵਾਸਤੇ ਉਵੇਂ ਦੀ ਇਹ ਖੁੱਲ੍ਹੀ ਜਗ੍ਹਾ ਸਾਡੇ ਵਾਸਤੇ, ਇਹ ਵੀ ਅਸੀਂ ਰਾਜੇ ਦਾ ਟਿਕਾਣਾ ਜਾਣ ਕੇ ਇੱਥੇ ਬੈਠੇ ਹਾਂ। ਸੁਣੋ ਪ੍ਰੰਤ ਲਖਿਓ ਨਹਿ ਜਾਈ, ਤੇ ਸੁਣੋ ਜੀ ਪਰ ਗੱਲ ਇਹ ਜਾਣੀ ਨਹੀਂ ਜਾਂਦੀ ਹੈ। ਜਿਨੋਂ ਸਭਨ ਕੋ ਰੁਜ਼ਰ ਨਸਾਈ, ਇਹ ਹੁਣ ਵਜ਼ੀਰ ਕਹਿ ਰਿਹਾ, ਵਜ਼ੀਰ ਕਹਿੰਦਾ ਜੀ ਇੱਕ ਮੇਰੇ ਮਨ ਵਿੱਚ ਗੱਲ ਆਈ ਹੈ ਰਾਜਨ, ਮੈਂ ਤੁਹਾਨੂੰ ਦੱਸ ਦੇਵਾਂ। ਰਾਜਾ ਕਹਿੰਦਾ ਦੱਸ ਵੀ ਕੀ ਗੱਲ ਹੈ। ਕਹਿਣ ਲੱਗਾ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ, ਪਰ ਇਸ ਵੇਲੇ ਸਤਿਗੁਰਾਂ ਦੇ ਸਰੀਰ ਦੇ ਉੱਪਰ ਤਾਪ ਆ ਗਿਆ ਹੈ। ਮੈਂ ਹੈਰਾਨ ਹਾਂ ਵੀ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਤਾਪ ਕੱਟੇ ਜਾਂਦੇ ਨੇ ਉਹਨਾਂ ਦੇ ਆਪਣੇ ਸਰੀਰ 'ਤੇ ਤਾਪ ਚੜ੍ਹਿਆ ਹੈ, ਇਸ ਗੱਲ ਦੀ ਮੈਨੂੰ ਹੈਰਾਨਗੀ ਹੈ।
ਇਹ ਵਜ਼ੀਰ ਨੇ ਗੱਲ ਦੱਸੀ ਆਪਣੇ ਰਾਜੇ ਨੂੰ, ਕਹਿਣ ਲੱਗਾ ਵੀ ਇਹ ਮੇਰੇ ਮਨ ਵਿੱਚ ਹੈਰਾਨ ਕਰਨ ਵਾਲੀ ਗੱਲ ਆ ਗਈ ਹੈ। ਤਨ ਮਹਿ ਜੁਰ ਤਿਨਕੇ ਹੋਇਆ ਵਾ, ਸਤਿਗੁਰਾਂ ਦੇ ਸਰੀਰ ਦੇ ਉੱਪਰ ਤਾਪ ਚੜ੍ਹਿਆ ਹੈ, ਬੁਖਾਰ ਚੜ੍ਹ ਗਿਆ ਹੈ ਅਤੇ ਸਰੀਰ ਉਹਨਾਂ ਦਾ ਬੜਾ ਜਿਹੜਾ ਹੈ ਤਪਦਾ ਪਿਆ, ਤਾਪ ਦੇ ਨਾਲ ਇਹ ਮੈਂ ਵੇਖ ਕੇ ਆਇਆ ਹਾਂ। ਅਸ਼ਟ ਜਾਮ ਇੱਕ ਸੰਦਰ ਸਾਵਾ, ਅੱਠ ਪੈਰ ਜਿਹੜੇ ਨੇ 24 ਘੰਟੇ ਬਣਦੇ ਨੇ, ਵੀ 24 ਘੰਟਿਆਂ ਤੋਂ ਸਰੀਰ ਲਗਾਤਾਰ ਇੱਕੋ ਜਿੰਨਾ ਹੀ ਤਪਦਾ ਪਿਆ ਹੈ, ਇੱਕ ਵਾਰੀ ਵੀ ਤਾਪ ਲੱਥਾ ਨਹੀਂ। 12 ਘੰਟੇ ਰਾਤ ਦੇ, 12 ਘੰਟੇ ਦਿਨ ਦੇ, 24 ਘੰਟੇ ਲੰਘ ਗਏ ਨੇ, ਪਰ 24 ਘੰਟਿਆਂ ਤੋਂ ਇੱਕੋ ਜਿੰਨਾ ਤਾਪ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਚੜ੍ਹਿਆ ਹੋਇਆ, ਇਸ ਤਰ੍ਹਾਂ ਪਿੰਡਾ ਸਰੀਰ ਉਹਨਾਂ ਦਾ ਮਗਦਾ ਪਿਆ ਹੈ, ਐਸੀ ਉਹਨਾਂ ਦੀ ਹਾਲਤ ਹੈ, ਇਹ ਵਜ਼ੀਰ ਦੱਸ ਰਿਹਾ ਹੈ। ਸੁਣ ਸਤਿਗੁਰ ਕੋ ਸਰਬ ਬਿਰਤਾਂਤ, ਜਦੋਂ ਇਸ ਰਾਜੇ ਨੇ ਸੁਣੀ ਨਾ ਸਾਰੀ ਗੱਲ ਆਪਣੇ ਵਜ਼ੀਰ ਦੇ ਕੋਲੋਂ, ਰਾਜੇ ਕਰੀ ਬਿਤਾਵਨ ਰਾਤ, ਰਾਜਾ ਕਹਿੰਦਾ ਵੀ ਰਾਤ ਹੁਣ ਪੈ ਗਈ ਹੈ, ਹੁਣ ਤਾਂ ਸਤਿਗੁਰਾਂ ਕੋਲ ਜਾਂਦੇ ਚੰਗੇ ਨਹੀਂ ਲੱਗਦੇ, ਚਲੋ ਰਾਤ ਨੂੰ ਮੈਂ ਆਪਣੇ ਮਹਿਲਾਂ ਦੇ ਵਿੱਚ ਰਾਤ ਬਤੀਤ ਕਰਕੇ ਭਈ ਪ੍ਰਾਤ ਤੇ ਸੋਚ ਇਸ਼ਨਾਨ, ਦਿਨ ਚੜ੍ਹਿਆ ਨਾ ਅਗਲਾ ਤੇ ਰਾਜਾ ਉਸ ਵੇਲੇ ਸੋਚ ਇਸ਼ਨਾਨ ਕਰਕੇ ਤਿਆਰ ਹੋਇਆ ਹੈ। ਸ੍ਰੀ ਹਰਿਕ੍ਰਿਸ਼ਨ ਸਮੀਪ ਪਿਆ, ਕੁਝ ਕੁ ਬੰਦੇ ਨਾਲ ਲੈ ਕੇ ਰਾਜਾ ਚੱਲ ਪਿਆ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦਾ ਪਤਾ ਲੈਣ ਵਾਸਤੇ ਵੀ ਮਹਾਰਾਜ ਨੂੰ ਤਾਪ ਕਿਉਂ ਚੜ੍ਹਿਆ ਤੇ ਮੈਂ ਉਹਨਾਂ ਦੀ ਕੀ ਸੇਵਾ ਕਰਾਂ, ਇਹ ਪੁੱਛਣ ਵਾਸਤੇ ਔਰ ਸੇਵਾ ਵਾਸਤੇ ਰਾਜਾ ਚੱਲਿਆ ਹੈ। ਬ੍ਰਿੰਦ ਨਰਨ ਕੀ ਭੀੜ ਘਨੇਰੀ, ਜਦੋਂ ਗਿਆ ਸਤਿਗੁਰਾਂ ਦੇ ਕੋਲ ਤੇ ਕੀ ਵੇਖਦਾ ਵੀ ਬਹੁਤ ਜ਼ਿਆਦਾ ਸੰਗਤ ਮਹਾਰਾਜ ਦੇ ਕੋਲ ਹੈ। ਸੁਟਨ ਪੰਕਤ ਚਲਾਇਆ ਅਗੇਰੀ, ਤੇ ਸੂਰਮਿਆਂ ਦੀ ਕਹਿਣ ਲੱਗੇ ਵੀ ਫੌਜ ਅੱਗੇ ਅੱਗੇ ਚੱਲਦੀ ਹੈ। ਗੁਰ ਕੋ ਸਿਵਰ ਜਬੈ ਦ੍ਰਿਸ਼ਟਾਇਓ, ਚੱਲਦਿਆਂ ਚੱਲਦਿਆਂ ਜਦੋਂ ਮਹਾਰਾਜ ਦੇ ਡੇਰੇ ਦੇ ਕੋਲ ਪਹੁੰਚਾ, ਵਾਹਨ ਤਿਆਗ ਚਰਨ ਤੇ ਆਇਓ, ਉਸ ਵੇਲੇ ਆਪਣੇ ਘੋੜੇ ਤੋਂ ਥੱਲੇ ਉਤਰਿਆ ਰਾਜਾ ਤੇ ਪੈਰਾਂ ਦੇ ਨਾਲ ਚੱਲ ਕੇ ਪੈਦਲ ਮਹਾਰਾਜ ਦੇ ਡੇਰੇ ਪਹੁੰਚਾ ਹੈ। ਪ੍ਰਥਮ ਖਬਰ ਆਪਣੀ ਪਹੁੰਚਾਈ, ਸਾਰਿਆਂ ਤੋਂ ਪਹਿਲਾਂ ਇੱਕ ਬੰਦਾ ਇੱਕ ਨੌਕਰ ਭੇਜ ਕੇ ਇਹਨੇ ਖਬਰ ਦਿੱਤੀ ਮਹਾਰਾਜਿਆਂ ਨੂੰ ਵੀ ਪਾਤਸ਼ਾਹ ਜੀ ਮੈਂ ਆਇਆ ਤੁਹਾਡੇ ਦਰਸ਼ਨ ਕਰਨ ਵਾਸਤੇ, ਫਰਸ਼ਾਦਕ ਤਿਆਰੀ ਕਰਵਾਈ। ਤੇ ਸਤਿਗੁਰਾਂ ਨੇ ਰਾਜੇ ਦਾ ਆਉਣਾ ਸੁਣ ਕੇ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਭਾਈ ਫਰਸ਼ ਵਿਛਾਓ, ਦੀਵਾਨ ਸਜਾਓ, ਰਾਜਾ ਆਉਂਦਾ ਪਿਆ ਸੀ, ਦੀਵਾਨ ਵਿੱਚ ਹੀ ਮਿਲਾਂਗੇ, ਸਾਰੇ ਫਰਸ਼ ਵਗੈਰਾ ਵਿਛਾਉਣ ਦੀ ਤਿਆਰੀ ਕੀਤੀ ਹੈ। ਹਾਥ ਜੋਰ ਕਰ ਪੌਰ ਅਗਾਰੀ, ਇਹ ਜਿਹੜਾ ਰਾਜਾ ਹੈ ਇਸਨੇ ਮਹਾਰਾਜ ਨੂੰ ਦੂਰੋਂ ਵੇਖਦਿਆਂ ਹੱਥ ਜੋੜ ਕੇ ਤੇ ਨਮਸਕਾਰ ਕਰਨ ਵਾਸਤੇ, ਨੰਮਰ ਹੋਏ ਅਭਿਬੰਦਨ ਧਾਰੀ, ਬੜੀ ਨਿਮਰਤਾ ਦੇ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ। ਅੰਤਰ ਤਾਂ ਪ੍ਰਵੇਸ਼ ਹੋਏ ਗਏ, ਇਸ ਤੰਬੂ ਵਿੱਚ ਮਹਾਰਾਜ ਬੈਠੇ ਸਨ, ਉਸ ਤੰਬੂ ਦੇ ਅੰਦਰ ਰਾਜਾ ਚਲੇ ਗਿਆ ਹੈ। ਗੁਰ ਪਰਿਅੰਕ ਪਰਹਿਰਤ ਭਇਓ, ਤੇ ਕੀ ਵੇਖਦਾ ਵੀ ਮਹਾਰਾਜ ਪਲੰਘੇ ਦੇ ਉੱਪਰ ਬਿਰਾਜਮਾਨ ਸਨ। ਉਸ ਵੇਲੇ ਜਦੋਂ ਰਾਜਾ ਗਿਆ ਨਾ ਸਵੇਰੇ ਸਵੇਰੇ, ਸਤਿਗੁਰੂ ਜੀ ਤੰਬੂ ਦੇ ਵਿੱਚ ਆਪਣੇ ਪਲੰਘੇ ਦੇ ਉੱਪਰ ਬਰਾਜੇ ਹੋਏ ਹਨ। ਬਸਤਰ ਅਸ਼ਾਦਤ ਤਨ ਪਰ ਸਾਰੇ, ਕੀ ਵੇਖਦਾ ਵੀ ਸਤਿਗੁਰਾਂ ਨੇ ਆਪਣਾ ਸਾਰਾ ਸਰੀਰ ਕੱਪੜੇ ਨਾਲ ਢੱਕਿਆ ਹੋਇਆ, ਇੱਕ ਵੱਡੀ ਚਾਦਰ ਦੇ ਨਾਲ ਆਪਣੇ ਸਾਰੇ ਸਰੀਰ ਨੂੰ ਮਹਾਰਾਜ ਨੇ ਢੱਕਿਆ ਹੋਇਆ ਹੈ। ਨਿਪ ਪਹੁੰਚੇ ਤੇ ਬਦਨ ਉਘਾਰੇ, ਜਦੋਂ ਇਹ ਕੋਲ ਪਹੁੰਚਿਆ ਨਾ ਰਾਜਾ ਤੇ ਮਹਾਰਾਜ ਦੀਆਂ ਨੇ ਉਸ ਵੇਲੇ ਅੱਖਾਂ ਖੋਲੀਆਂ, ਨੇਤਰ ਖੋਲੇ ਪਾਤਸ਼ਾਹ ਨੇ ਰਾਜੇ ਨੂੰ ਆਇਆ ਆਪਣੇ ਕੋਲ ਵੇਖ ਕੇ, ਨੰਮਰ ਹੋਏ ਕਰਨਮੋ ਅਗਾਰੀ, ਤੇ ਇਸ ਨੇ ਵੇਖਿਆ ਰਾਜੇ ਨੇ ਵੀ ਮਹਾਰਾਜ ਮੇਰੇ ਵੱਲ ਵੇਖਦੇ ਪਏ ਨੇ, ਬੜੀ ਨਿਮਰਤਾ ਦੇ ਨਾਲ ਇਸਨੇ ਨੀਵੇਂ ਹੋ ਕੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਬੈਠੋ ਰਾਵ ਨਰਨ ਹਟਕਾਰੀ, ਤੇ ਰਾਜੇ ਨੇ ਜਿੰਨੇ ਬੰਦੇ ਸਨ ਆਪਣੇ ਨਾਲ ਦੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ, ਕਹਿੰਦਾ ਬਾਹਰ ਚਲੇ ਜਾਓ, ਮੈਂ ਇਕੱਲਾ ਹੀ ਸਤਿਗੁਰਾਂ ਦੇ ਕੋਲ ਬੈਠ ਕੇ ਬਚਨ ਕਰਾਂਗਾ। ਔਰ ਪਾਰ ਪਰ ਰੋਕੇ ਰਹੇ, ਜਿੰਨੇ ਇਹਦੇ ਮੀਰ ਵਜ਼ੀਰ ਨਾਲ ਗਏ ਸਨ ਸਾਰਿਆਂ ਨੂੰ ਤੰਬੂ ਤੋਂ ਬਾਹਰ ਕੱਢ ਕੇ ਤੇ ਬਾਹਰਲੇ ਬੰਨੇ ਉਹਨਾਂ ਨੂੰ ਖੜੇ ਕਰ ਦਿੱਤਾ ਹੈ। ਦਰਸ਼ਨ ਦੇਖ ਤਾਂ ਨਿਰਪ ਬਚ ਕਹੇ, ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੋਇਆ ਰਾਜਾ ਹੁਣ ਬੇਨਤੀ ਕਰਨ ਲੱਗਾ, ਸਤਿਗੁਰਾਂ ਨੂੰ ਕਹਿਣ ਲੱਗਾ ਹੈ, ਸ਼੍ਰੀ ਸਤਿਗੁਰੂ ਜੀ ਕੈਸੇ ਪਰੇ, ਮਹਾਰਾਜ ਜੀ ਕਿਉਂ ਪਏ ਉਹ ਪਲੰਘੇ ਦੇ, ਕਾਰਨ ਕੀ ਹੈ? ਪਹਿਲਾ ਸਵਾਲ ਕੀਤਾ, ਮਹਾਰਾਜ ਕਿਸ ਤਰ੍ਹਾਂ ਪਏ ਉਹ ਪਲੰਘੇ ਤੇ, ਅੱਗੇ ਤੇ ਤੁਸੀਂ ਇਸ ਵੇਲੇ ਨਹੀਂ ਪੈਂਦੇ, ਅੱਜ ਤੁਸੀਂ ਪਲੰਘੇ ਤੇ ਬਰਾਜੇ ਹੋਏ ਹੋ, ਕਿਉਂ ਪਏ ਹੋ, ਕਾਰਨ ਕੀ ਹੈ, ਕੀ ਗੱਲ ਬਣੀ ਹੈ, ਮੈਨੂੰ ਦੱਸਣਾ ਕਰੋ। ਸਵਾ ਲਗਾ ਇਹਨਾਂ ਬੈਠਣ ਕਰੇ, ਮਹਾਰਾਜ ਅੱਗੇ ਤੇ ਦੀਵਾਨ ਸਜਾਉਂਦੇ ਹੋ, ਦੀਵਾਨ ਵਿੱਚ ਬੈਠਦੇ ਹੋ, ਸੰਗਤਾਂ ਨੂੰ ਦਰਸ਼ਨ ਦਿੰਦੇ ਹੋ, ਅੱਜ ਕੋਈ ਦੀਵਾਨ ਨਹੀਂ ਸਜਾਇਆ ਤੇ ਆਪ ਜੀ ਇਕੱਲੇ ਬੈਠੇ ਹੋਏ ਹੋ, ਇੱਕ ਦੋ ਨਿਕਟ ਦਾਸ ਜੇ ਇਹ, ਤੁਹਾਡੇ ਕੋਲ ਇੱਕ ਦੋ ਹੀ ਦਾਸ ਨੇ, ਸੇਵਕ ਨੇ ਜਿਹੜੇ ਤੁਹਾਡੇ ਕੋਲ ਨੇ, ਬਾਕੀ ਸੰਗਤ ਵੀ ਸਾਰੀ ਬਾਹਰ ਕੱਢ ਦਿੱਤੀ ਹੈ। ਪ੍ਰਭ ਤੂਸ਼ਨ ਤੇ ਤਿੰਨ ਪੁੰਨ ਕਹੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਚੁੱਪ ਨੇ, ਤੇ ਤਿੰਨਾਂ ਦਾਸਾਂ ਨੇ ਜਿਹੜੇ ਦਾਸ ਸਨ ਸੇਵਕ ਮਹਾਰਾਜ ਤੇ ਬੋਲੇ ਨਹੀਂ,
ਪਰ ਜਿਹੜੇ ਸੇਵਾਦਾਰ ਸਿੱਖ ਸਨ ਉਹ ਕਹਿਣ ਲੱਗੇ ਹਨ ਪ੍ਰਥਮ ਤਾਪ ਤਨ ਮਹਿ ਅਧਿਕਾਰੀ, ਕਹਿਣ ਲੱਗੇ ਵੀ ਭਾਈ ਇਹਨਾਂ ਦੇ ਸਰੀਰ ਨੂੰ ਤਾਪ ਚੜ੍ਹਿਆ। ਉਹ ਰਾਜੇ ਨੂੰ ਦੱਸਦੇ ਪਏ ਮਹਾਰਾਜ ਦੇ ਸਿੱਖ ਵੀ ਸਤਿਗੁਰਾਂ ਨੂੰ ਬਹੁਤ ਜ਼ਿਆਦਾ ਤਾਪ ਚੜ੍ਹਿਆ ਹੋਇਆ ਹੈ। ਅੱਜ ਸੀਤਲਾ ਦੇਈ ਦਿਖਾਈ, ਤੇ ਅੱਜ ਇਹਨਾਂ ਦੇ ਸਰੀਰ ਦੇ ਉੱਪਰ ਚੇਚਕ ਦੀ ਜਿਹੜੀ ਬਿਮਾਰੀ ਹੈ ਨਾ ਉਹਦੇ ਦਾਣੇ ਦਿਖਾਈ ਦਿੰਦੇ, ਜਿਹਨੂੰ ਆਪਾਂ ਸੀਤਲਾ ਕਹਿ ਦਿੰਦੇ ਨਾ, ਨਿੱਕੇ ਨਿੱਕੇ ਦਾਣੇ ਸਰੀਰ 'ਤੇ ਨਿਕਲ ਆਉਂਦੇ। ਹੁਣ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੀ ਜੋਤੀ ਜੋਤ ਸਮਾਉਣ ਦੀ ਤਿਆਰੀ ਕਰਦੇ ਪਏ, ਸਰੀਰ ਛੱਡਣਾ ਚਾਹੁੰਦੇ ਨੇ, ਵਿਧੀ ਬਣਾਉਂਦੇ ਪਏ। ਸੋ ਅੱਜ 2 ਦਿਨ ਹੋ ਗਿਆ ਬੁਖਾਰ ਚੜ੍ਹਿਆਂ, ਤਾਪ ਚੜ੍ਹਿਆਂ, ਅਤੇ ਇਹ ਸੇਵਕ ਦੱਸਦਾ ਪਿਆ ਵੀ ਅੱਜ ਦਾਣੇ ਮਹਾਰਾਜ ਦੇ ਸਰੀਰ ਦੇ ਉੱਪਰ ਦਿਖਾਈ ਦਿੰਦੇ ਪਏ ਨਿਕਲੇ ਹੋਏ। ਇਸ ਤਰ੍ਹਾਂ ਸੇਵਕ ਨੇ ਦੱਸਿਆ ਹੈ। ਥੋੜਾ ਬੋਲਤ ਹੈ ਮੁਖੇ ਆਪ, ਤੇ ਸਤਿਗੁਰੂ ਜੀ ਹੁਣ ਬਹੁਤਾ ਬੋਲਦੇ ਨਹੀਂ ਇਸ ਕਰਕੇ ਚੁੱਪ ਰਹਿੰਦੇ ਹਨ। ਚੜ੍ਹਿਓ ਅਧਕ ਅਬ ਵੀ ਤਨ ਤਾਪ, ਹੁਣ ਵੀ ਇਹਨਾਂ ਦੇ ਸਰੀਰ ਨੂੰ ਤਾਪ ਚੜ੍ਹਿਆ ਹੋਇਆ, ਹਾਲੇ ਲੱਥਾ ਕੋਈ ਨਹੀਂ ਹੈ, 24 ਘੰਟੇ ਤੇ ਹੋ ਗਏ ਨੇ, ਪਰ ਹਾਲੇ ਵੀ ਸਰੀਰ ਇਹਨਾਂ ਦੇ ਤਾਪ ਦੇ ਨਾਲ ਜਿਹੜਾ ਹੈ ਨਾ ਉਹ ਗ੍ਰਸਿਆ ਹੋਇਆ ਹੈ। ਹੱਥ ਬੰਦ ਮਹਿਪਾਲ ਬਖਾਨੋ, ਉਸ ਵੇਲੇ ਹੱਥ ਜੋੜੇ ਰਾਜੇ ਨੇ, ਤੇ ਹੱਥ ਜੋੜ ਕੇ ਕਹਿਣ ਲੱਗਾ ਹੈ ਮਹਾਰਾਜ ਕੈਸੀ ਕਿਰਤ ਠਾਨੇ, ਕਹਿਣ ਲੱਗਾ ਸਤਿਗੁਰੂ ਇਹ ਕੀ ਕੌਤਕ ਕਰਦੇ ਪਏ ਹੋ, ਦੁਨੀਆਂ ਕਹਿੰਦੀ ਹੈ ਵੀ ਤੁਹਾਨੂੰ ਤਾਪ ਚੜ੍ਹਿਆ, ਦੁਨੀਆਂ ਕਹਿੰਦੀ ਹੈ ਵੀ ਤੁਹਾਨੂੰ ਇਹ ਸੀਤਲਾ ਦੇ ਦਾਣੇ ਨਿਕਲੇ ਨੇ, ਪਰ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ, ਤੁਹਾਡੇ ਹੁਕਮ ਤੋਂ ਬਿਨਾਂ ਤਾਂ ਕੁਝ ਹੋ ਨਹੀਂ ਸਕਦਾ, ਇਹ ਤੁਸੀਂ ਆਪ ਹੀ ਕਰਦੇ ਪਏ ਹੋ ਸਾਰਾ ਕੁਝ, ਤਾਪ ਵੀ ਆਪ ਚੜ੍ਹਾਉਂਦੇ ਪਏ ਹੋ, ਅਤੇ ਇਹ ਦਾਣੇ ਜਿਹੜੇ ਸਰੀਰ 'ਤੇ ਨਿਕਲੇ ਨੇ ਇਹਨਾਂ ਨੂੰ ਵੀ ਆਪ ਹੀ ਤੁਸੀਂ ਲਿਆਉਂਦੇ ਪਏ ਹੋ, ਮਹਾਰਾਜ ਕੀ ਕਰਨ ਲੱਗੇ ਹੋ, ਕਿਹੜਾ ਕੌਤਕ ਵਰਤਾਉਣ ਲੱਗੇ ਹੋ, ਕਿਰਪਾ ਕਰਕੇ ਦੱਸਣਾ ਕਰੋ। ਦਰਸ ਆਪ ਕੇ ਨਾ ਸਹਿ ਰੋਗ, ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਤਾਂ ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ, ਤੁਹਾਡੇ ਦਰਸ਼ਨ ਹੀ ਇਹੋ ਜਿਹਾ ਪਵਿੱਤਰ ਨੇ ਜਿਹੜਾ ਕਰਦਾ ਉਹਦੇ ਰੋਹ ਕੱਟੇ ਜਾਂਦੇ ਹਨ। ਇਹ ਨਗਰ ਗਨ ਲੋਕ ਅਰੋਗ, ਮਹਾਰਾਜ ਨਗਰ ਦੇ ਕਈ ਲੋਕ ਜਿਹੜੇ ਨੇ ਤੁਹਾਡੇ ਦਰਸ਼ਨ ਕਰਕੇ ਰੋਗਾਂ ਤੋਂ ਰਹਿਤ ਹੋ ਗਏ ਹਨ। ਕਿਆ ਲੀਲਾ ਦਿਖਰਾਵਨ ਲੱਗੇ, ਗੁਰੂ ਜੀ ਇਹ ਕੀ ਲੀਲਾ ਕਰਨ ਲੱਗੇ ਹੋ, ਕੀ ਕੌਤਕ ਕਰਨ ਲੱਗੇ ਹੋ, ਕੀ ਭਾਣਾ ਵਰਤਾਉਣ ਲੱਗੇ ਹੋ, ਕਿਰਪਾ ਕਰਕੇ ਦੱਸਣਾ ਕਰੋ। ਤੁਮਰੇ ਨਾਮ ਲੈ ਤਾਂ ਦੁੱਖ ਭਾਗੇ, ਸਤਿਗੁਰੂ ਜੀ ਤੁਹਾਡਾ ਨਾਮ ਲੈ ਕੇ ਤੇ ਦੁਖੀਆਂ ਦੇ ਦੁੱਖ ਭੱਜ ਜਾਂਦੇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਮਹਾਰਾਜ ਤੁਹਾਡਾ ਤੇ ਦਰਸ਼ਨ ਕਰਕੇ ਦੁਖੀਆਂ ਦੇ ਦੁੱਖ ਕੱਟੇ ਜਾਂਦੇ, ਰੋਗੀਆਂ ਦੇ ਰੋਹ ਕੱਟੇ ਜਾਂਦੇ, ਦੁਖੀਆਂ ਦੇ ਦੁੱਖ ਕੱਟੇ ਜਾਂਦੇ ਨੇ, ਤੇ ਤੁਸੀਂ ਅੱਜ ਆਪਣਗੇ ਤੇ ਪੈ ਗਏ ਹੋ, ਪਾਤਸ਼ਾਹ ਇਹ ਕੀ ਭਾਣਾ ਵਰਤਾਉਣ ਲੱਗੇ ਹੋ, ਕੀ ਕੌਤਕ ਕਰਨ ਲੱਗੇ ਹੋ, ਕਿਰਪਾ ਕਰਕੇ ਦੱਸਣਾ ਕਰੋ। ਸਰਵ ਸ਼ਕਤ ਪੂਰਨ ਸਮਰੱਥ, ਸਤਿਗੁਰੂ ਤੁਸੀਂ ਤੇ ਸਮਰੱਥ ਹੋ ਨਾ, ਸਾਰੀਆਂ ਸ਼ਕਤੀਆਂ ਸਾਰੀਆਂ ਦਾਤਾਂ ਤੁਹਾਡੇ ਹੱਥ ਵਿੱਚ, ਜੋ ਚਾਹੋ ਕਰ ਸਕਦੇ ਹੋ, ਐਸੇ ਤੁਸੀਂ ਸਮਰੱਥ ਹੋ। ਭੰਜਨ ਗੜਨ ਆਪ ਕੇ ਹੱਥ, ਦੁਨੀਆਂ ਨੂੰ ਬਣਾ ਦੇਣਾ, ਦੁਨੀਆਂ ਨੂੰ ਨਾਸ ਕਰ ਦੇਣਾ, ਇਹ ਸਾਰਾ ਕੁਝ ਤੁਹਾਡੇ ਆਪਣੇ ਹੱਥ ਵਿੱਚ ਹੈ, ਤੁਹਾਡੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੈ, ਜੋ ਚਾਹੋ ਕਰ ਸਕਦੇ ਹੋ। ਦਰਸ਼ਨ ਚਾਹੇ ਬ੍ਰਿੰਦ ਨਰ ਨਾਰੀ, ਸਤਿਗੁਰੂ ਜੀ ਉਹ ਬੇਅੰਤ ਸੰਗਤਾਂ ਤੁਹਾਡੇ ਦਰਸ਼ਨ ਚਾਹੁੰਦੀਆਂ ਨੇ, ਤੇ ਆਪ ਜੀ ਦਰਸ਼ਨ ਦੇਣਾ ਕਰੋ। ਹਜ਼ਰਤ ਬੇਨਤੀ ਕੀਨ ਅਗਾਰੀ, ਮਹਾਰਾਜ ਜੀ ਉਹ ਜਿੱਥੇ ਸੰਗਤਾਂ ਦਰਸ਼ਨ ਚਾਹੁੰਦੀਆਂ ਨੇ ਉੱਥੇ ਬਾਦਸ਼ਾਹ ਔਰੰਗਜ਼ੇਬ ਵੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਉਹਨੇ ਸੁਨੇਹਾ ਭੇਜਿਆ ਮੇਰੇ ਰਾਹੀਂ, ਤੇ ਮੈਂ ਸੁਨੇਹਾ ਲੈ ਕੇ ਆਇਆ ਵੀ ਔਰੰਗਜ਼ੇਬ ਨੂੰ ਵੀ ਦਰਸ਼ਨ ਦੇਣੇ ਕਰੋ। ਸਾਵਧਾਨ ਬਣ ਬੈਠੋ ਮਹਾਰਾਜ, ਹੋ ਜਾਓ ਸਾਵਧਾਨ ਤੇ ਦੀਵਾਨ ਦੇ ਵਿੱਚ ਬੈਠਣਾ ਕਰੋ। ਰਹੋ ਸ਼ਕਤ ਕੇ ਤਾਪ ਸੰਤਾ, ਮਹਾਰਾਜ ਜੀ ਤੁਸੀਂ ਬੇਅੰਤ ਸ਼ਕਤੀ ਦੇ ਮਾਲਕ ਹੋ, ਕਰੋ ਕਿਰਪਾ ਤੇ ਬੁਖਾਰ ਤਾਪ ਨੂੰ ਦੂਰ ਕਰੋ, ਕਿਉਂ ਤਾਪ ਨੂੰ ਆਪਣੇ ਸਰੀਰ ਤੇ ਲੈ ਕੇ ਬੈਠੇ ਹੋ। ਸ੍ਰੀ ਨਾਨਕ ਪਰਮੇਸ਼ਵਰ ਰੂਪ, ਕਿਉਂਕਿ ਗੁਰੂ ਨਾਨਕ ਸਾਹਿਬ ਜਿਹੜੇ ਪਰਮੇਸ਼ਵਰ ਦਾ ਰੂਪ ਹਨ, ਜਿਨਕੇ ਗੁਣਗਨ ਅਧਿਕ ਅਨੂ, ਜਿਨ੍ਹਾਂ ਸਤਿਗੁਰਾਂ ਦੇ ਗੁਣ ਬੜੇ ਬੇਅੰਤ ਨੇ ਜਿਹੜੇ ਕਹਿ ਨਹੀਂ ਜਾ ਸਕਦੇ ਹਨ। ਇਸ ਗਾਦੀ ਕੇ ਮਾਲਕ ਆਪ, ਮਹਾਰਾਜ ਉਸੇ ਗੁਰਤਾ ਗੱਦੀ ਦੇ ਮਾਲਕ ਤੁਸੀਂ ਹੋ, ਜਿਸ ਗੁਰਤਾ ਗੱਦੀ ਦੇ ਉੱਪਰ ਗੁਰੂ ਨਾਨਕ ਸਾਹਿਬ ਬੈਠੇ, ਅਤੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ ਨੇ, ਉਸੇ ਗੁਰਤਾ ਗੱਦੀ 'ਤੇ ਤੁਸੀਂ ਬੈਠੇ ਹੋ, ਤੁਹਾਡੇ ਵਿੱਚ ਅਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ। ਸਭ ਵਿਧ ਕੇ ਦਾਤਾ ਬਰਸ਼ਰਾ, ਮਹਾਰਾਜ ਤੁਸੀਂ ਤੇ ਦਾਤੇ ਹੋ, ਜਿਹਨੂੰ ਚਾਹੋ ਦਾਤ ਦੇ ਸਕਦੇ ਹੋ, ਜਿਹਨੂੰ ਚਾਹੋ ਸ਼ਰਾਪ ਵੀ ਦੇ ਸਕਦੇ ਹੋ। ਮਹਾਰਾਜ ਸਮਰੱਥ ਹੋ, ਅਤੇ ਫਿਰ ਸਮਰੱਥ ਹੋ ਕੇ ਤੇ ਇੰਨਾ ਤਾਪ ਕਿਉਂ ਸਰੀਰ 'ਤੇ ਲਿਆ ਹੈ, ਇਹ ਰਾਜਾ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ। ਨਿਰਿਪ ਤਾਂ ਸੁਣ ਸ਼੍ਰੀ ਸਤਿਗੁਰ ਕਹੇ, ਜਦੋਂ ਰਾਜੇ ਨੇ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਜਵਾਬ ਦੇਣ ਲੱਗੇ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਫਿਰ ਅੱਗੋਂ ਕਹਿਣ ਲੱਗੇ, ਕਹਿੰਦੇ ਰਾਜਨ ਸੁਣ ਫਿਰ ਸਾਡੇ ਬਚਨ, ਤੇ ਪਾਤਸ਼ਾਹ ਕਹਿੰਦੇ ਹਨ ਜਿਸ ਕਿਸ ਜਗ ਸਰੀਰ ਕੋ ਲਹੇ, ਮਹਾਰਾਜ ਕਹਿਣ ਲੱਗੇ ਪਹਿਲੀ ਤੇ ਗੱਲ ਇਹ ਹੈ ਵੀ ਜਿਹਨੇ ਵੀ ਦੁਨੀਆਂ ਵਿੱਚ ਸਰੀਰ ਲਿਆ ਹੈ, ਜਿਹੜਾ ਸਰੀਰ ਲੈ ਕੇ ਦੁਨੀਆਂ 'ਤੇ ਆਇਆ ਹੈ ਨਾ, ਜਿਹਨੂੰ ਜਿਹਨੂੰ ਜਨਮ ਮਿਲਿਆ,
ਜਿਹੜਾ ਜਨਮ ਲੈ ਕੇ ਸਰੀਰ ਦੇ ਵਿੱਚ ਇਸ ਦੁਨੀਆਂ ਵਿੱਚ ਆਇਆ ਹੈ, ਸੁਣ ਦੁੱਖ ਸੰਗ ਸਦਾ ਹੀ ਰਹੇ, ਇਹ ਦੁੱਖ ਤੇ ਸੁੱਖ ਸਦਾ ਨਾਲ ਹੀ ਰਹਿੰਦਾ ਬੰਦੇ ਦੇ। ਇਹ ਸਾਡੇ ਮਨ ਦਾ ਭਰਮ ਹੈ ਵੀ ਅਸੀਂ ਆਉਂਦੇ ਦੁੱਖ ਨਾ ਕੋਲ ਆਵੇ, ਸੁੱਖ ਹੀ ਆਵੇ। ਅਸੀਂ ਸੁੱਖ ਦੀਆਂ ਤੇ ਅਰਦਾਸਾਂ ਬੜੀਆਂ ਕਰਦੇ, ਪਰ ਦੁੱਖ ਦੀ ਅਰਦਾਸ ਤੇ ਨਹੀਂ ਨਾ ਕਰਦੇ ਵੀ ਦੁੱਖ ਆਵੇ, ਪਰ ਦੁੱਖ ਆਉਂਦਾ ਜ਼ਰੂਰ ਹੈ। ਜੇ ਦੁੱਖ ਬਿਨਾਂ ਮੰਗਿਆ ਆਉਂਦਾ ਤੇ ਸੁੱਖ ਵੀ ਬਿਨਾਂ ਮੰਗਿਆ ਹੀ ਆਉਣਾ ਹੈ। ਪਰ ਦੁਨੀਆਂ ਦੇ ਲੋਕ ਚਾਹੁੰਦੇ ਵੀ ਸੁੱਖ ਤੇ ਆਵੇ, ਸੁੱਖ ਕੋ ਮੰਗੇ ਬਹੁਤ ਬਹੁਤ, ਦੁੱਖ ਨਾ ਮੰਗੇ ਕੋਈ। ਸੁੱਖ ਨੂੰ ਤੇ ਸਾਰੀ ਦੁਨੀਆਂ ਚਾਹੁੰਦੀ ਹੈ, ਪਰ ਦੁੱਖ ਨੂੰ ਕੋਈ ਨਹੀਂ ਚਾਹੁੰਦਾ। ਪਾਤਸ਼ਾਹ ਕਹਿਣ ਲੱਗੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਹੜਾ ਕੱਪੜਾ ਅਸੀਂ ਗਲ ਵਿੱਚ ਪਾਇਆ ਸਾਰੀ ਉਮਰ ਨਹੀਂ ਪਾ ਸਕਦੇ, ਲਾਉਣਾ ਪਵੇਗਾ, ਦੂਜਾ ਪਾਉਣਾ ਪਵੇਗਾ। ਜਿਵੇਂ ਤੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੱਪੜੇ ਬਦਲਦਾ ਹੈ ਬੰਦਿਆ, ਦੁੱਖ ਅਤੇ ਸੁੱਖ ਵੀ ਤੇਰੇ ਸਰੀਰ ਦਾ ਹੀ ਕੱਪੜਾ ਹੈ, ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ। ਦਿਨ ਤੇ ਸਰਪਰ ਪੌਸੀ ਰਾਤ, ਮਹਾਰਾਜ ਦਾ ਬਚਨ ਹੈ ਵੀ ਜੇ ਦਿਨ ਚੜ੍ਹਿਆ ਨਾ ਤਾਂ ਗੁਰਮੁਖਾ ਰਾਤ ਵੀ ਮਗਰੇ ਹੀ ਆਈ ਲੈ, ਰਾਤ ਨੇ ਟਲਣਾ ਕੋਈ ਨਹੀਂ ਹੈ। ਜੇ ਸੁੱਖ ਆਇਆ ਤਾਂ ਦੁੱਖ ਨੇ ਵੀ ਜ਼ਰੂਰ ਆਉਣਾ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਰਾਜਨ, ਜਿਹਨੇ ਦੁਨੀਆਂ ਵਿੱਚ ਸਰੀਰ ਲੈ ਲਿਆ ਨਾ ਆ ਕੇ, ਭਾਵੇਂ ਉਹ ਪਸ਼ੂ ਹੈ ਅਤੇ ਭਾਵੇਂ ਮਨੁੱਖ ਹੈ, ਜਿਹਨੂੰ ਸਰੀਰ ਮਿਲਿਆ ਇਹ ਦੁੱਖ ਅਤੇ ਸੁੱਖ ਵੀ ਨਾਲ ਹੀ ਵੱਧਾ ਪਰਮੇਸ਼ੁਰ ਨੇ। ਅਤੇ ਜੇ ਸੁੱਖ ਮਿਲਿਆ ਤਾਂ ਛਾਲਾਂ ਮਾਰੀਆਂ, ਦੁੱਖ ਮਿਲਿਆ ਤਾਂ ਹਾਏ ਹਾਏ ਕੀਤਾ। ਭਾਵੇਂ ਤੂੰ ਹਾਏ ਹਾਏ ਕਰ ਅਤੇ ਭਾਵੇਂ ਨਾ ਕਰ, ਦੁੱਖ ਤਾਂ ਆਉਣਾ ਹੀ ਆਉਣਾ ਹੈ, ਕਿਉਂਕਿ ਇਹ ਦੁੱਖ ਅਤੇ ਸੁੱਖ ਸਰੀਰ ਦਾ ਇੱਕ ਧਰਮ ਹੈ ਤੇ ਇਹਦੇ ਉੱਪਰ ਦੁੱਖ ਤੇ ਸੁੱਖ ਬਣਿਆ ਰਹਿੰਦਾ ਹੈ। ਵੇਦ ਪੁਰਾਨ ਸੰਤ ਸਭ ਕਹੇ, ਇਸ ਗੱਲ ਨੂੰ ਜਿਹੜੇ ਚਾਰ ਵੇਦ ਨੇ ਨਾ ਹਿੰਦੂ ਮਤ ਦੇ, ਸੋ ਜਜੁਰ ਵੇਦ, ਸ਼ਾਮ ਵੇਦ, ਰਿਗ ਵੇਦ, ਥਰਬਣ ਵੇਦ, ਇਹ ਚਾਰ ਵੇਦ ਨੇ, ਇਹ ਵੇਦ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਵੀ ਬੰਦੇ ਦੇ ਸਰੀਰ ਤੇ ਦੁੱਖ ਤੇ ਸੁੱਖ ਵੀ ਆਉਂਦਾ ਹੈ। ਅਤੇ ਇਸੇ ਤਰ੍ਹਾਂ ਜਿਹੜੇ ਦੁਨੀਆਂ ਦੇ ਸੰਤ ਹੋਏ ਨੇ, ਸ਼ਾਂਤ ਚਿੱਤ ਮਹਾਤਮਾ, ਉਹ ਵੀ ਇਹ ਗੱਲ ਕਹਿੰਦੇ ਨੇ ਵੀ ਦੁੱਖ ਤੇ ਸੁੱਖ ਬੰਦੇ ਦੇ ਸਰੀਰ ਦੇ ਉੱਪਰ ਬਣਿਆ ਹੋਇਆ ਹੈ। ਹੁਣ ਹਾਰ ਨਾ ਮਿਟੇ ਕਦਾਈ, ਤੇ ਜੋ ਹੋ ਕੇ ਰਹਿਣਾ ਹੈ ਨਾ ਉਹਨੂੰ ਮੇਟ ਕੋਈ ਨਹੀਂ ਸਕਦਾ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਵਿੱਚ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਹੰਸਰ ਦਾਨ ਦੇ ਇੰਦਰ ਰੁਵਾਇਆ, ਪਰਸ ਰਾਮ ਰੋਵੈ ਘਰੇ ਆਇਆ। ਬੰਦਾ ਰੋਂਦਾ ਕਦੋਂ ਹੈ? ਕਦੇ ਖੁਸ਼ੀ ਵਿੱਚ ਨਹੀਂ, ਬੰਦਾ ਜਦੋਂ ਰੋਂਦਾ ਗਮੀ ਵਿੱਚ ਰੋਂਦਾ ਹੈ, ਹਾਏ ਹਾਏ ਕਰਕੇ ਕੂਕਦਾ ਮੈਨੂੰ ਦੁੱਖ ਹੋਇਆ। ਰੋਂਦਾ ਉਦੋਂ ਹੈ ਜਦੋਂ ਦੁੱਖ ਆਉਂਦਾ। ਅਤੇ ਪਾਤਸ਼ਾਹ ਕਹਿੰਦੇ, ਦੁੱਖ ਤਾਂ ਫਿਰ ਇੰਦਰ ਨੂੰ ਵੀ ਆਇਆ ਹੈ, ਸਵਰਗਾਂ ਦਾ ਰਾਜਾ, ਉਹ ਵੀ ਤਾਂ ਰੋਂਦਾ ਦੁਨੀਆਂ ਨੇ ਵੇਖਿਆ। ਸਹੰਸਰ ਦਾਨ ਦੇ ਇੰਦਰ ਰੋਇਆ, ਇੰਦਰ ਰੋਇਆ ਭਾਈ, ਪਰਸੁਰਾਮ ਰੋਵੈ ਘਰ ਆਇਆ। ਪਰਸੁਰਾਮ ਨੂੰ ਇੱਕ ਅਵਤਾਰ ਮੰਨਿਆ ਜਾਂਦਾ ਹੈ, ਪਰ ਕਹਿੰਦੇ ਪਰਸੁਰਾਮ ਵੀ ਦੁਨੀਆਂ ਨੇ ਰੋਂਦਾ ਹੋਇਆ ਵੇਖਿਆ ਹੈ। ਸੋ ਇਸੇ ਤਰ੍ਹਾਂ ਪਰਸੁਰਾਮ ਰੋਵੈ ਘਰ ਆਇਆ, ਰੋਵੈ ਦਹਿ ਸਰਲੰਕ ਗਵਾਏ, ਜਿਨ ਸੀਤਾ ਆਉਂਦੀ ਡੌਰੂ ਵਾਏ। ਇੱਥੇ ਤਾਂ ਰਾਵਣ ਵਰਗੇ ਰੋਂਦੇ ਗਏ, ਹੁਣ ਰਾਵਣ ਨੂੰ ਵੀ ਤਾਂ ਸਰੀਰ ਹੀ ਮਿਲਿਆ ਨਾ। ਸੋ ਰਾਵਣ ਵਰਗੇ ਵੀ ਦੁਨੀਆਂ ਵਿੱਚ ਰੋਂਦੇ ਪੈਣ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭਿਖਿਆ ਜਾਏ। ਸੋ ਇਹ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਜਿਹਨੂੰ ਸਰੀਰ ਮਿਲਿਆ, ਭਾਵੇਂ ਉਹ ਰਾਜਾ ਹੈ, ਭਾਵੇਂ ਉਹ ਮਹਾਰਾਜਾ ਹੈ, ਭਾਵੇਂ ਉਹ ਸੰਤ ਹੈ, ਭਾਵੇਂ ਉਹ ਮਨਮੁੱਖ ਹੈ, ਇਹ ਦੁੱਖ ਅਤੇ ਸੁੱਖ ਇਹ ਸਰੀਰ ਦਾ ਧਰਮ ਹੈ, ਇਹ ਆਉਂਦੇ ਹੀ ਰਹਿਣੇ ਅਤੇ ਆਉਂਦੇ ਹੀ ਰਹਿਣਗੇ। ਜੇ ਦੁੱਖ ਆਇਆ ਤਾਂ ਸੁੱਖ ਵੀ ਮਗਰ ਆਵੇਗਾ, ਸੁੱਖ ਆਇਆ ਤਾਂ ਦੁੱਖ ਨੇ ਤਾਂ ਆਉਣਾ ਹੀ ਆਉਣਾ। ਸੋ ਪਾਤਸ਼ਾਹ ਕਹਿਣ ਲੱਗੇ, ਤੂੰ ਸਾਨੂੰ ਕਹਿੰਦਾ ਹੈ ਵੀ ਦੁੱਖ ਆਇਆ ਮਹਾਰਾਜ ਦੂਰ ਕਰ ਦਿਓ, ਕਿਉਂ ਕਰੀਏ? ਜੇ ਸੁੱਖ ਅਸੀਂ ਮੰਨਦੇ ਹਾਂ ਤਾਂ ਫਿਰ ਦੁੱਖ ਵੀ ਤਾਂ ਅਸੀਂ ਮੰਨਣਾ ਹੈ ਨਾ, ਇਹ ਦੁੱਖ ਅਤੇ ਸੁੱਖ ਇਹ ਵਾਰੀ ਵਾਰੀ ਆਉਂਦੇ ਹਨ। ਜੋ ਸਭ ਕੇ ਸਿਰ ਬਿੱਤ ਤੇ ਆਈ, ਅਤੇ ਇਹ ਸਾਰਿਆਂ ਦੇ ਉੱਪਰ ਹੁੰਦੀ ਆਈ ਹੈ, ਇਹ ਨਹੀਂ ਵੀ ਮੈਨੂੰ ਇਕੱਲੇ ਨੂੰ ਦੁੱਖ ਮਿਲਿਆ ਜਾਂ ਤੁਹਾਨੂੰ ਦੁੱਖ ਮਿਲਿਆ, ਇਹ ਤਾਂ ਜਦੋਂ ਤੋਂ ਦੁਨੀਆਂ ਬਣੀ ਹੈ ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਸੁੱਖ ਹੈ, ਇਹ ਦੁਨੀਆਂ ਦੇ ਸਿਰ ਦੇ ਉੱਪਰ ਦੁੱਖ ਅਤੇ ਸੁੱਖ ਚੜ੍ਹਿਆ ਹੀ ਰਿਹਾ ਹਮੇਸ਼ਾ ਅਤੇ ਹੁੰਦਾ ਆਇਆ ਹੈ। ਰਾਮ ਚੰਦਰ ਕੀਨ ਸੁਬਨ ਵਸਾ, ਸਤਿਗੁਰੂ ਜੀ ਇੱਕ ਉਦਾਹਰਨ ਦਿੰਦੇ, ਕਹਿਣ ਲੱਗੇ, ਵੇਖੋ ਜਿਹੜੇ ਸੂਰਜ ਵੰਸ਼ੀ ਹੋਏ ਨਾ, ਸੂਰਿਆ ਵੰਸ਼ੀ, ਉਹਨਾਂ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦਾ ਜਨਮ ਹੋਇਆ, ਸੂਰਿਆ ਵੰਸ਼ੀਆਂ ਦੇ ਵਿੱਚ। ਸੋ ਉਹਨਾਂ ਨੂੰ ਵੀ 14 ਸਾਲ ਜੰਗਲ ਵਿੱਚ ਰਹਿਣਾ ਪਿਆ, ਕਿੱਥੇ ਉਹ ਰਾਜੇ ਸਨ, ਮਹਿਲਾਂ ਵਿੱਚ ਰਹਿੰਦੇ ਸਨ, ਕਈ ਨੌਕਰ ਚਾਕਰ ਅੱਗੇ ਪਿੱਛੇ, ਕੋਈ ਦੁੱਖ ਨਹੀਂ ਹੈ। ਪਰ ਜਦੋਂ ਸਮਾਂ ਆਇਆ ਦੁੱਖ ਦਾ, ਮਹਿਲ ਵੀ ਛੱਡਣਾ ਪਿਆ, ਘਰ ਵੀ ਛੱਡਣੇ ਪਏ, ਨੌਕਰ ਚਾਕਰ ਵੀ ਛੱਡਣੇ ਪਏ, ਇਕੱਲਿਆਂ ਨੂੰ ਜੰਗਲ ਵਿੱਚ ਜਾਣਾ ਪਿਆ। ਕਹਿਣ ਲੱਗੇ, ਸਮੇਂ ਦਾ ਅਵਤਾਰ ਰਾਮ ਚੰਦਰ ਹੈ ਅਤੇ ਦੁੱਖ ਤਾਂ ਉਹਨੂੰ ਵੀ ਆਇਆ ਹੈ, ਦੁੱਖ ਤਾਂ ਉਹਨੇ ਵੀ ਆਪਣੇ ਸਰੀਰ 'ਤੇ ਹੰਡਾਇਆ ਹੈ। ਰੋਵੈ ਰਾਮ
ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ। ਇਕੱਲਾ ਇਹ ਨਹੀਂ ਵੀ ਜੰਗਲ ਵਿੱਚ ਗਿਆ ਅਤੇ ਦੁੱਖ ਆਇਆ, ਜੰਗਲ ਵਿੱਚ ਜਾ ਕੇ ਘਰਵਾਲੀ ਵੀ ਗਵਾ ਬੈਠਾ, ਜੰਗਲ ਵਿੱਚ ਜਾ ਕੇ ਭਰਵਾ ਨੂੰ ਵੀ ਮਰਵਾ ਬੈਠਾ ਅਤੇ ਰੋਂਦਾ ਹੋਇਆ ਦੁਨੀਆ ਨੇ ਵੇਖਿਆ ਰਾਮ ਚੰਦਰ ਜੀਆਂ ਨੂੰ। ਸਤਿਗੁਰੂ ਕਹਿਣ ਲੱਗੇ, ਰਾਮ ਚੰਦਰ ਕੀਨਸ ਬਨਵਾਸ, ਜੇ ਆਪਾਂ ਆਖੀਏ ਦੁੱਖ ਨਹੀਂ ਆਉਂਦਾ ਤਾਂ ਰਾਮ ਚੰਦਰ ਨੂੰ ਆਇਆ। 14 ਸਾਲ ਜੰਗਲ ਵਿੱਚ ਭੁੱਖਾ ਅਤੇ ਪਿਆਸਾ ਰਿਹਾ, ਮੀਂਹ ਅਤੇ ਬਰਸਾਤ, ਧੁੱਪ ਅਤੇ ਹਨੇਰੀ ਆਪਣੇ ਸਰੀਰ 'ਤੇ ਝੱਲਦਾ ਰਿਹਾ ਅਤੇ ਕਹਿਣ ਲੱਗੇ ਉਹਨੂੰ ਵੀ ਤਾਂ ਦੁੱਖ ਆਇਆ ਹੀ ਹੈ ਨਾ, ਭਾਵੇਂ ਸਮੇਂ ਦਾ ਅਵਤਾਰ ਹੈ, ਇਹ ਦੁੱਖ ਤੇ ਨਾਲ ਬਣਿਆ ਹੋਇਆ ਹੈ। ਕ੍ਰਿਸ਼ਨ ਚੰਦ ਕੋ ਬੰਸ ਬਿਨਾਸ਼ਾ, ਤੇ ਕਹਿਣ ਲੱਗੇ ਦੁਨੀਆਂ ਦਾ ਅਵਤਾਰ ਕ੍ਰਿਸ਼ਨ ਨੂੰ ਮੰਨਿਆ ਜਾਂਦਾ, ਪਰ ਕ੍ਰਿਸ਼ਨ ਨੂੰ ਵੀ ਇੱਕ ਵੇਲੇ ਦੁੱਖ ਹੋਇਆ ਕਿ ਆਪਣੇ ਹੁੰਦਿਆਂ ਹੋਇਆਂ ਭਗਵਾਨ ਕ੍ਰਿਸ਼ਨ ਜੀ ਆਪਣੀ ਕੁੱਲ ਨਹੀਂ ਬਚਾ ਸਕੇ, ਆਪਣੀ ਵੰਸ਼ ਖਤਮ ਕਰਵਾ ਲਈ, ਆਪਣਾ ਖਾਣ ਦਾਨ ਜਿੰਨੇ ਜਾਦਵ ਸਨ ਸਾਰੇ ਖਤਮ ਹੋ ਗਏ, ਯਤਨ ਕਰਨ ਤੋਂ ਮਗਰੋਂ ਵੀ ਉਹ ਬਚੇ ਨਹੀਂ। ਅਤੇ ਕਹਿਣ ਲੱਗੇ ਏਡਾ ਵੱਡਾ ਦੁੱਖ ਕਿਹਨੂੰ ਨਹੀਂ ਆਇਆ, ਜਿਹਦੇ ਪੁੱਤਰ ਮਰ ਜਾਣ, ਜਿਹਦੇ ਭਰਾ ਮਰ ਜਾਣ, ਸਰੀਕਾ ਕਬੀਲਾ ਸਾਰਾ ਹੀ ਖਤਮ ਹੋ ਜਾਵੇ, ਤਾਂ ਇਹ ਵੀ ਤਾਂ ਦੁਖੀ ਹੈ ਨਾ। ਅਤੇ ਕਹਿਣ ਲੱਗੇ ਸਮੇਂ ਦਾ ਅਵਤਾਰ ਹੈ ਭਗਵਾਨ ਕ੍ਰਿਸ਼ਨ, ਅਤੇ ਕਹਿਣ ਲੱਗੇ ਸਾਰੇ ਹੀ ਮਰ ਗਏ। ਆਪਾਂ ਬਚਨ ਪੜ੍ਹਦੇ ਹਾਂ ਨਾ ਮਹਾਰਾਜ ਸਾਹਿਬ ਜੀਆਂ ਦਾ, ਦੁਰਬਾਸਾ ਸਿਉਂ ਕਰਤ ਠਗੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਾਣੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਾਦਵਾਂ ਦੇ ਜਿਹੜੇ ਬੱਚੇ ਸਨ ਛੋਟੇ ਛੋਟੇ, ਉਹ ਖੇਡਦੇ ਖੇਡਦੇ ਦੁਰਬਾਸ਼ਾ ਰਿਸ਼ੀ ਦੇ ਕੋਲ ਚਲੇ ਗਏ ਅਤੇ ਜਾ ਕੇ ਪੁੱਛਣ ਲੱਗ ਪਏ। ਕਹਿਣ ਲੱਗੇ ਜੀ ਰਿਸ਼ੀ ਜੀ, ਤੁਸੀਂ ਬੜੇ ਅੰਤਰਜਾਮੀ ਹੋ, ਤੁਹਾਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ। ਇੱਕ ਛੋਟਾ ਜਿਹਾ ਬੱਚਾ ਹੈ ਲੜਕਾ, ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਲਏ ਅਤੇ ਉਸ ਰਿਸ਼ੀ ਦੇ ਕੋਲ ਜਾ ਕੇ ਆਖਿਆ, ਦੱਸੋ ਇਹ ਬੱਚੇ ਨੂੰ ਜਨਮ ਦੇਵੇਗਾ ਕਿ ਬੱਚੀ ਨੂੰ ਜਨਮ ਦੇਵੇਗਾ। ਹੁਣ ਕਰਨਾ ਤਾਂ ਮਖੌਲ ਸੀਗਾ, ਬੱਚਿਆਂ ਦੀ ਮੱਤ ਹੈ, ਹਾਸੀ ਕਰਨੀ ਸੀ, ਆਪਣੇ ਵੱਲੋਂ ਤਾਂ ਸੋਚਿਆ ਵੀ ਮਖੌਲ ਕਰਦੇ ਪਏ ਹਾਂ, ਪਰ ਰਿਸ਼ੀ ਨੂੰ ਕ੍ਰੋਧ ਆ ਗਿਆ, ਕਹਿਣ ਲੱਗਾ ਵੀ ਉਹ ਹੀ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੋਲੀ ਖਤਮ ਕਰ ਦੇਵੇਗਾ। ਜਦੋਂ ਇਹ ਬਚਨ ਹੋਇਆ ਫਿਰ ਭਗਵਾਨ ਕ੍ਰਿਸ਼ਨ ਜੀ ਨੂੰ ਦੱਸਿਆ, ਕਹਿਣ ਲੱਗੇ ਜੀ ਆਹ ਗੱਲ ਹੋਈ ਹੈ। ਕਹਿੰਦੇ ਉਸ ਵੇਲੇ ਚਿੰਤਾ ਵਿੱਚ ਡੁੱਬ ਗਿਆ ਭਗਵਾਨ ਕ੍ਰਿਸ਼ਨ ਜੀ, ਕਹਿੰਦੇ ਉਹ ਮੂਰਖੋ, ਜੋ ਦੁਰਬਾਸ਼ਾ ਰਿਸ਼ੀ ਨੇ ਕਹਿ ਦਿੱਤਾ ਹੋ ਕੇ ਰਵੇਗਾ, ਇਹਨੂੰ ਮਵੀ ਨਹੀਂ ਟਾਲ ਸਕਦਾ। ਅਤੇ ਵਾਕਿਆ ਹੀ ਭਗਵਾਨ ਕ੍ਰਿਸ਼ਨ ਜੀ ਟਾਲ ਨਹੀਂ ਸਕੇ, ਸਾਰੇ ਜਾਦਵ ਜਿਹੜੇ ਸਨ ਆਪਸ ਵਿੱਚ ਲੜ ਭਿੜ ਕੇ ਮਰ ਗਏ, ਖਤਮ ਹੋ ਗਏ, ਕੁੱਲ ਖਤਮ ਹੋ ਗਈ। ਪਾਤਸ਼ਾਹ ਕਹਿਣ ਲੱਗੇ ਇਹ ਦੁਨੀਆਂ ਦੀ ਇੱਕ ਸੱਚਾਈ ਹੈ, ਦੁਨੀਆਂ ਦੇ ਅਵਤਾਰ ਵੀ ਦੁੱਖ ਨੂੰ ਟਾਲ ਨਹੀਂ ਸਕੇ, ਉਹਨਾਂ ਨੂੰ ਵੀ ਦੁੱਖ ਸਹਿਣਾ ਪਿਆ, ਭਾਵੇਂ ਉਹ ਭਗਵਾਨ ਕ੍ਰਿਸ਼ਨ ਜੀ ਨੇ ਭਾਵੇਂ ਉਹ ਭਗਵਾਨ ਰਾਮ ਜੀ ਨੇ, ਇਹ ਦੁੱਖ 'ਤੇ ਬਣਿਆ ਹੋਇਆ ਹੈ। ਚੰਦ ਕਲੰਕਤ ਸਾਗਰ ਖਾਰਾ, ਅਤੇ ਕਹਿਣ ਲੱਗੇ ਵੀ ਚੰਦਰਮਾ ਨੂੰ ਲੋਕ ਪੂਜਦੇ ਨੇ, ਕਰਵਾ ਚੌਥ ਵਾਲੇ ਦਿਨ ਚੰਦਰਮਾ ਨੂੰ ਵੇਖਿਆ ਜਾਂਦਾ ਨਾ, ਛਾਨਣੀ ਛੰਨੀ ਦੇ ਵਿੱਚੋਂ, ਛਾਨਣੀ ਦੇ ਵਿੱਚੋਂ ਚੰਦਰਮਾ ਦੀ ਪੂਜਾ ਕਰਦੇ, ਪਰ ਕਲੰਕ 'ਤੇ ਕਹਿੰਦੇ ਚੰਦਰਮਾ ਨੂੰ ਵੀ ਲੱਗਾ ਹੈ, ਜਿਹਦੀ ਪੂਜਾ ਦੁਨੀਆ ਕਰਦੀ ਪਈ ਹੈ ਕਲੰਕ 'ਤੇ ਉਹਨੂੰ ਵੀ ਲੱਗਾ ਹੋਇਆ। 14 ਦਿਨ ਵੱਧਦਾ, 14 ਦਿਨ ਘਟਦਾ ਹੈ, ਇੱਕੋ ਜਿਹਾ ਨਹੀਂ ਰਹਿੰਦਾ, ਪੂਰੇ ਦਿਨ ਵੱਧਦਾ ਅਤੇ ਘਟਦਾ ਰਹਿੰਦਾ ਹੈ। ਅਤੇ ਕਹਿਣ ਲੱਗੇ ਇਹ ਵੀ ਤਾਂ ਦੁਖੀ ਹੈ ਨਾ, ਚੰਦਰਮਾ ਨੂੰ ਲੱਗਾ ਹੋਇਆ, ਕਦੇ ਛੋਟਾ ਹੋ ਜਾਣਾ, ਕਦੇ ਵੱਡਾ ਹੋ ਜਾਣਾ, ਅਤੇ ਜਿਹੜਾ ਕਲੰਕ ਲੱਗਾ ਕਦੇ ਨਹੀਂ ਮਿਟਣਾ। ਜਿੰਨਾ ਚਿਰ ਦੁਨੀਆ ਰਹੇਗੀ ਨਾ, ਅਤੇ ਦੁਨੀਆ ਦੱਸੇਗੀ ਵੀ ਇਹਦਾ ਯਾਰ ਜਿਹੜਾ ਸੀ ਨਾ ਬੜਾ ਗੰਦਾ ਆਦਮੀ ਸੀਗਾ, ਗੰਦੇ ਬੰਦੇ ਦੀ ਸੰਗਤ ਕਰਕੇ ਆਪਣੇ ਆਪ 'ਤੇ ਕਲੰਕ ਲਵਾ ਲਿਆ। ਤਾਂ ਹੀ ਮਹਾਰਾਜ ਨੇ ਕਿਹਾ ਨਾ ਵੀ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ, ਮਾੜੇ ਬੰਦੇ ਦੀ ਸੰਗਤ ਨਾ ਕਰ, ਭਾਜੀ ਜਾ ਉਹਨੂੰ ਵੇਖ ਕੇ, ਕਿਉਂਕਿ ਉਹਨੂੰ ਕਲੰਕ ਲੱਗਣਾ ਨਾਲ ਤੈਨੂੰ ਵੀ ਲੱਗੇਗਾ। ਅਤੇ ਪਾਤਸ਼ਾਹ ਕਹਿਣ ਲੱਗੇ ਹੁਣ ਇਹਦੀ ਪੂਜਾ ਹੁੰਦੀ ਹੈ ਚੰਦਰਮਾ ਦੀ, ਦੁਨੀਆ ਨਮਸਕਾਰਾਂ ਕਰਦੀ ਹੈ, ਵਰਤੇ ਨੂੰ ਵੇਖ ਕੇ ਖੁੱਲ੍ਹੇ ਜਾਂਦੇ ਨੇ, ਪਰ ਕਲੰਕ ਤਾਂ ਉਹਨੂੰ ਵੀ ਲੱਗਾ ਹੋਇਆ, ਵੱਧਦਾ ਅਤੇ ਘਟਦਾ ਅਤੇ ਉਹ ਵੀ ਪਿਆ, ਅਤੇ ਫਿਰ ਉਹਨੂੰ ਵੀ ਤਾਂ ਦੁਖੀ ਹੈ ਨਾ, ਚੰਦਰਮਾ ਵੀ ਤਾਂ ਦੁੱਖ ਲੈਂਦਾ ਹੀ ਪਿਆ। ਚੌਥਾ ਬਚਨ ਮਹਾਰਾਜ ਕਹਿਣ ਲੱਗੇ ਸਾਗਰ ਖਾਰਾ, ਸਾਗਰ ਨਾਮ ਸਮੁੰਦਰ ਦਾ, ਅਤੇ ਕਹਿਣ ਲੱਗੇ ਸਮੁੰਦਰ ਕਿੱਡਾ ਵੱਡਾ, ਸਾਰੇ ਲੋਕ ਸਮੁੰਦਰ ਨੂੰ ਨਮਸਕਾਰਾਂ ਕਰਦੇ, ਸਾਰਿਆਂ ਦਾ ਵੱਡਾ ਦੇਵਤਾ ਮੰਨਿਆ ਜਾਂਦਾ, ਪਰ ਏਡਾ ਵੱਡਾ ਸਮੁੰਦਰ ਦੇਵਤਾ ਜ਼ਰੂਰ ਹੈ ਪਰ ਆਪਣੇ ਖਾਰੇਪਣ ਨੂੰ ਖਤਮ ਨਹੀਂ ਕਰ ਸਕਿਆ, ਸਮੁੰਦਰ ਦਾ ਪਾਣੀ ਖਾਰਾ ਤੁਸੀਂ ਪੀ ਨਹੀਂ ਸਕਦੇ, ਕੀ ਕਰੋਗੇ ਇੰਨੇ ਪਾਣੀ ਨੂੰ ਜਿਹੜਾ ਪਾਣੀ ਕੌੜਾ। ਪਾਤਸ਼ਾਹ ਕਹਿਣ ਲੱਗੇ ਵੀ ਤਾਂ ਦੁਖੀ ਹੈ ਨਾ ਵੀ ਏਡਾ ਵੱਡਾ ਦੇਵਤਾ ਹੋਵੇ ਸਮੁੰਦਰ, ਆਪਣੇ ਖਾਰੇਪਣ ਨੂੰ ਨਹੀਂ ਦੂਰ ਕਰ ਸਕਿਆ, ਅਤੇ ਜੇ ਉਹਨਾਂ ਏਡੇ ਏਡੇ ਵੱਡੇ ਮਹਾਤਮਾ ਨੇ ਦੁੱਖ ਆਪਣੇ ਸਰੀਰ 'ਤੇ ਝੱਲਿਆ ਤਾਂ ਫਿਰ ਰਾਜਨ ਅਸੀਂ ਕਿਉਂ ਦੁੱਖ ਨੂੰ ਦੂਰ ਕਰੀਏ ਭਾਈ। ਸਾਡੇ 'ਤੇ ਘਰ ਦਾ ਬਚਨ ਹੀ ਇਹ ਹੈ ਕਿ ਦੁੱਖ ਸੁੱਖ ਦੋਨੋਂ ਸਮ ਕਰ ਜਾਣ,
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ। ਇਹ ਬਚਨ ਹੈ ਸਾਡੇ ਘਰ ਦੇ ਵੀ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਣਾ ਹੈ। ਰੁਦਰ ਹਲਾ ਹਲਕੋ ਗਲ ਧਾਰਾ ਤੇ ਕਹਿਣ ਲੱਗੇ ਵੀ ਰੁਦਰ ਨਾਮ ਸ਼ਿਵ ਜੀ ਦਾ ਹੈ, ਸ਼ਿਵ ਜੀ ਵਰਗਾ ਵੱਡਾ ਦੇਵਤਾ ਵੱਡੀ ਉਮਰਾਂ ਦਾ ਕੌਣ ਹੋ ਸਕਦਾ। ਪਰ ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਸ਼ਿਵ ਜੀ ਨੂੰ ਕਹਿੰਦੇ ਯਹਿਰ ਪੀਣੀ ਪਈ ਅਤੇ ਯਹਿਰ ਆਪਣੇ ਗਲੇ ਵਿੱਚ ਟਿਕਾਉਣੀ ਪਈ ਅਤੇ ਕਹਿਣ ਲੱਗੇ ਉਹ ਦੁੱਖ ਦਾ ਸਮਾਂ ਤਾਂ ਸ਼ਿਵ ਜੀ ਜਾਣਦਾ ਹੈ ਜਿਹੜਾ ਯਹਿਰ ਪੀ ਕੇ ਬੈਠਾ ਹੋਇਆ। ਕਹਿਣ ਲੱਗੇ ਸ਼ਿਵ ਜੀ ਵਰਗੇ ਵੀ ਦੁੱਖ ਪਾਉਂਦੇ ਪਏ ਹਨ। ਕੌਣ ਕੌਣ ਗਿਣੀਏ ਸਮਰੱਥ ਦੁਨੀਆਂ ਦੇ ਵਿੱਚ ਕਿਹਨੂੰ ਕਿਹਨੂੰ ਗਿਣੀਏ ਭਾਈ। ਇਹ ਤਾਂ ਦੋ ਚਾਰ ਉਦਾਹਰਨਾਂ ਤੁਹਾਨੂੰ ਦਿੱਤੀਆਂ ਵੀ ਸਮਝ ਆ ਜਾਵੇ, ਪਰ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਨੇ ਦੁਨੀਆਂ ਵਿੱਚ ਜਿਨ੍ਹਾਂ ਨੇ ਦੁੱਖ ਨੂੰ ਪ੍ਰਾਪਤ ਕੀਤਾ ਹੈ। ਸਕਲ ਚਲੇ ਭਾਵੀ ਕੇ ਹੱਥ ਇਹ ਪਰਮਾਤਮਾ ਦੀ ਕੁਦਰਤ ਹੈ, ਪਰਮਾਤਮਾ ਦਾ ਹੁਕਮ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਜੇ ਰਾਮ ਰੋਂਦਾ ਪਿਆ ਵੀ ਰੱਬ ਦਾ ਹੁਕਮ ਹੈ, ਜੇ ਕ੍ਰਿਸ਼ਨ ਦੁਖੀ ਹੋਇਆ ਬੈਠਾ ਵੀ ਰੱਬ ਦਾ ਹੁਕਮ ਹੈ, ਚੰਦਰਮਾ ਨੂੰ ਕਲੰਕ ਲੱਗਾ ਤਾਂ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ। ਪਾਤਸ਼ਾਹ ਕਹਿਣ ਲੱਗੇ ਅਕਾਲ ਪੁਰਖ ਦਾ ਹੁਕਮ ਹੈ ਭਾਈ, ਉਹਨੂੰ ਮਿਟਿਆ ਨਹੀਂ ਜਾ ਸਕਦਾ ਹੈ। ਜਿਵੇਂ ਪਰਮੇਸ਼ਰ ਕਿਤਕੋ ਠਾਨ ਜਿਵੇਂ ਪਰਮੇਸ਼ਰ ਕਰਦਾ ਭਾਈ, ਉਹ ਸਾਨੂੰ ਬੜਾ ਚੰਗਾ ਲੱਗਦਾ ਹੈ। ਹਿਰਦੇ ਆਨੰਦ ਧਾਰ ਸੋ ਮਨ ਅਸੀਂ ਤੇ ਉਹਦੀਆਂ ਗੱਲਾਂ ਨੂੰ ਹਿਰਦੇ ਵਿੱਚ ਆਨੰਦ ਦੇ ਸਮੇਤ ਮੰਨਦੇ ਹਾਂ ਵੀ ਪਰਮਾਤਮਾ ਜੋ ਕਰੇਗਾ ਠੀਕ ਹੀ ਕਰੇਗਾ। ਜੋ ਤੂੰ ਦੁਭਾਵੈ ਸਾਈ ਭਲੀ ਕਾਰ, ਜੋ ਤੂੰ ਕਰਦਾ ਠੀਕ ਕਰਦਾ ਹੈ। ਇਹ ਸੰਤਨ ਕੋ ਮਤ ਹੈ ਸੱਚ, ਇਹ ਸੰਤਾਂ ਦਾ ਮਤ ਹੈ। ਸੰਤ ਕਹਿੰਦੇ ਵੀ ਤੂੰ ਠੀਕ ਕਰਦਾ, ਆਪਾਂ ਥੋੜ੍ਹੀ ਕਹਾਂਗੇ ਠੀਕ ਕਰਦਾ। ਸਾਨੂੰ ਜੇ ਦੇਵੇਗਾ ਰੱਬ ਸੁੱਖ ਤਾਂ ਅਸੀਂ ਆਖਣਾ ਰੱਬ ਬੜਾ ਚੰਗਾ, ਅਤੇ ਜੇ ਦੇ ਦਿੱਤਾ ਦੁੱਖ ਤਾਂ ਅਸੀਂ ਆਖਣਾ ਰੱਬ ਹੈ ਬੜਾ ਮਾੜਾ। ਅਸੀਂ ਨਹੀਂ ਦੁੱਖ ਦੇ ਵਿੱਚ ਉਹਨੂੰ ਕਹਾਂਗੇ ਵੀ ਬੜਾ ਚੰਗਾ। ਇਹ ਤਾਂ ਸਾਧੂ ਕਹਿੰਦੇ ਨੇ ਵੀ ਦੁੱਖ ਅਤੇ ਸੁੱਖ ਦੇ ਵਿੱਚ ਪਰਮੇਸ਼ਰ ਠੀਕ ਹੈ। ਸ਼੍ਰੀ ਨਾਨਕ ਵਿੱਚ ਸ਼ਬਦ ਵਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀਆਂ ਨੇ ਕਈ ਸ਼ਬਦ ਜਿਹੜੇ ਨੇ ਐਸੇ ਸਾਨੂੰ ਬਖਸ਼ਿਸ਼ ਕੀਤੇ ਹਨ। ਜਥਾ ਯੋਗ ਈਸ਼ਰ ਸਭ ਕਰਤਾ ਇਹਦੇ ਭਾਈ, ਜੋ ਪਰਮੇਸ਼ਰ ਕਰਦਾ ਹੈ ਨਾ ਉਹ ਠੀਕ ਹੀ ਕਰਦਾ ਹੈ, ਉਹਦੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੈ। ਮੂੜ ਅਜਾਨ ਤਰਕ ਤਿਸ ਧਰਤਾ ਮੂਰਖ ਬੰਦੇ ਜਿਹੜੇ ਉਹ ਤਰਕ ਕਰਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਕਹਿੰਦੇ ਜੋ ਤੂੰ ਕਰਦਾ ਠੀਕ ਹੀ ਕਰਦਾ, ਪਰ ਜਿਹੜੇ ਮੂਰਖ ਨੇ ਉਹ ਕਹਿੰਦੇ ਨਹੀਂ ਨਹੀਂ ਰੱਬ ਤਾਂ ਠੀਕ ਕਰਦਾ ਹੀ ਨਹੀਂ ਪਿਆ, ਮੈਨੂੰ ਬੜਾ ਠੀਕ ਕਰਨਾ ਆਉਂਦਾ ਹੈ। ਉਹ ਦੁਨੀਆਂ ਦੇ ਰੱਬ ਬਣੇ ਬੈਠੇ, ਜਿਵੇਂ ਕਹਿਣ ਲੱਗੇ ਟਟੀਰ ਜਿਹੜੀ ਹੈ ਨਾ ਲੱਤਾਂ ਤਾਂ ਨੂੰ ਕਰਕੇ ਸੌਂਦੀ ਹੈ ਵੀ ਕਿਤੇ ਸਮਾਨ ਥੱਲੇ ਡਿੱਗ ਪਿਆ ਅਤੇ ਮੈਂ ਚੁੱਕ ਲਵਾਂਗੀ ਛੇਤੀ ਨਾਲ। ਸੋ ਐਸਾ ਸੁਭਾਅ ਹੈ ਮਨਮੁੱਖ ਲੋਕਾਂ ਦਾ ਵੀ ਰੱਬ ਤੋਂ ਕੁਝ ਨਹੀਂ ਬਣਨਾ, ਮੈਂ ਰੱਬ ਦੀ ਥਾਂ 'ਤੇ ਕੰਮ ਕਰਾਂਗਾ, ਇਹ ਮਨਮੁੱਖਾਂ ਦੀ ਹਾਲਤ ਹੈ। ਪਰ ਗੁਰਮੁਖ ਜਿਹੜੇ ਨੇ ਉਹ ਕਹਿੰਦੇ ਪਰਮਾਤਮਾ ਜੋ ਕਰੇਗਾ ਠੀਕ ਹੀ ਕਰੇਗਾ। ਤੇਰਾ ਕੀਆ ਮੀਠਾ ਲਾਗੈ ਨਾਮ ਪਦਾਰਥ ਨਾਨਕ ਮੰਗੈ, ਐਸੀ ਦਾਤ ਹੁੰਦੀ ਹੈ। ਭੋਗੈ ਬਹੁਰ ਗੁਨਾਹ ਹੀ ਹੋਏ ਅਤੇ ਕਹਿਣ ਲੱਗੇ ਜਿਹੜੇ ਮੂਰਖ ਨੇ ਨਾ, ਹੁਣ ਮੂਰਖਾਂ ਨੂੰ ਦੁੱਖ 'ਤੇ ਭੋਗਣਾ ਪੈਣਾ। ਮੰਨ ਲਓ ਵੀ ਆਪਾਂ ਨੂੰ ਦੁੱਖ ਆ ਜਾਵੇ, ਮੰਨਣਾ ਹੀ ਪੈਣਾ, ਕਿਉਂਕਿ ਮੰਨੇ ਬਿਨਾਂ ਸਾਡੇ ਕੋਲ ਇੰਨੀ ਸਮਰੱਥਾ ਤਾਂ ਹੈ ਨਹੀਂ ਵੀ ਅਸੀਂ ਰੱਬ ਦੁੱਖ ਦੇਵੇ ਅਤੇ ਅਸੀਂ ਆਖੀਏ ਵੀ ਮੈਂ ਨਹੀਂ ਲੈਂਦਾ। ਲੈਣਾ ਹੀ ਪੈਣਾ ਹੈ, ਪਰ ਫਿਰ ਵੀ ਅਸੀਂ ਕਹਿਣਾ ਵੀ ਮੈਂ ਨਹੀਂ ਲੈਣਾ, ਮੈਂ ਨਹੀਂ ਲੈਣਾ। ਕਹਿਣ ਲੱਗੇ ਹੋਰ ਸਗੋਂ ਪਾਪ ਦੇ ਭਾਗੀ ਬਣਦੇ ਹਾਂ। ਇੱਕ ਤਾਂ ਪਹਿਲਾਂ ਪਾਪ ਕੀਤਾ, ਉਹ ਪਾਪ ਦਾ ਫਲ ਸਾਨੂੰ ਦੁੱਖ ਮਿਲਦਾ ਪਿਆ, ਅੱਗੋਂ ਅਸੀਂ ਨਾ ਨੁੱਕਰ ਕਰਦੇ ਪਿਆ ਵੀ ਨਹੀਂ ਪਾਪ ਮੈਂ ਕਰਾਂ ਅਤੇ ਦੁੱਖ ਮੈਨੂੰ ਕਿਉਂ ਮਿਲੇ, ਗੁਆਂਢੀ ਨੂੰ ਮਿਲਣਾ ਚਾਹੀਦਾ। ਉਹ ਸਗੋਂ ਹੋਰ ਪਾਪ ਸਾਡਾ ਵੱਧ ਜਾਂਦਾ। ਜਿੱਥੇ ਇੱਕ ਦਿਨ ਦੁੱਖ ਆਉਣਾ ਫਿਰ ਦੋ ਦਿਨ ਰੱਬ ਦਿੰਦਾ ਵੀ ਚੱਲ ਤੁਰਿਆ ਆ ਜਾ, ਕਿਉਂਕਿ ਹੁਕਮ ਨਹੀਂ ਨਾ ਮੰਨਿਆ। ਜਿਵੇਂ ਫੌਜ ਦੇ ਵਿੱਚ ਜਿਵੇਂ ਕਿਸੇ ਤੋਂ ਗਲਤੀ ਹੋ ਜਾਵੇ ਉਹਨੂੰ ਸਜ਼ਾ ਮਿਲਦੀ ਹੈ, ਅਤੇ ਜੇ ਉਹ ਸਜ਼ਾ ਸੁਣਾਉਣ ਵੇਲੇ ਅੱਗੋਂ ਕਹਿ ਦੇਵੇ ਨਾ ਵੀ ਨਹੀਂ ਮੇਰੇ ਤੋਂ ਗਲਤੀ ਹੋਈ, ਸਜ਼ਾ ਨਾਲ ਹੀ ਡਬਲ ਹੋ ਜਾਂਦੀ ਹੈ। ਵੀ ਜਾਂ ਇੱਕ ਚੱਕਰ ਲਾ ਗਿਆ ਗਰਾਊਂਡ ਦਾ ਪਿੱਠੂ ਬੰਨ੍ਹ ਕੇ, ਅੱਗੋਂ ਆਖਦਾ ਨਹੀਂ ਫਿਰ ਕਹਿਣਾ ਦੋ ਲਾ ਗਿਆ, ਨਹੀਂ ਆਖਿਆ ਫਿਰ ਆਖਣਾ ਪੰਜ ਲਾ ਗਿਆ, ਉਹ ਵੱਧ ਹੀ ਗਈ ਨਾ ਸਜ਼ਾ। ਕਿਉਂ ਵਧੀ ਹੈ? ਕਿਉਂਕਿ ਕਹਿਣਾ ਨਹੀਂ ਮੰਨਿਆ। ਐਸੀ ਹਾਲਤ ਸਾਡੀ ਹੈ ਜਦੋਂ ਅਸੀਂ ਰੱਬ ਦੇ ਕੀਤੇ ਹੁਕਮ ਨੂੰ ਮੰਨਦੇ ਨਹੀਂ, ਉਹ ਥੋੜ੍ਹਾ ਦੁੱਖ ਜਿਹੜਾ ਜ਼ਿਆਦਾ ਵੱਡਾ ਹੋ ਜਾਂਦਾ, ਜ਼ਿਆਦਾ ਵੱਡਾ ਦੁੱਖ ਪ੍ਰਾਪਤ ਹੁੰਦਾ ਹੈ। ਐਸੀ ਹਾਲਤ ਮਨਮੁੱਖਾਂ ਦੀ ਬਣਦੀ ਹੈ। ਭਾਣੇ ਕੋ ਨਾ ਮਨ ਹੈ ਜੋ ਕਹਿਣ ਲੱਗੇ ਵੀ ਜਿਹੜਾ ਬੰਦਾ ਭਾਣੇ ਨੂੰ ਨਹੀਂ ਮੰਨਦਾ, ਜਿਹੜਾ ਇਸ ਤਰ੍ਹਾਂ ਦਾ ਹੋਇਆ ਕਰਦਾ ਹੈ। ਜਾਂ ਤੇ ਸੁਣੋ ਨਰੇਸ਼ਰ ਧਰੀ ਇਸ ਕਰਕੇ ਹੇ ਰਾਜਨ, ਰੱਬ ਜੋ ਕਰਦਾ ਠੀਕ ਕਰਦਾ ਹੈ, ਉਹਦੇ ਭਾਣੇ ਨੂੰ ਉਹਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਰੱਬ ਭਾਣੇ ਕੋ ਤਰਕ ਨਾ ਕਰੇ ਕਦੇ ਵੀ, ਪਰਮੇਸ਼ਰ ਦੇ ਭਾਣੇ ਉੱਪਰ ਤਰਕ ਨਹੀਂ ਕਰਨੀ ਚਾਹੀਦੀ ਵੀ ਰੱਬਾ ਤੂੰ ਇਹ ਠੀਕ ਨਹੀਂ ਕੀਤਾ, ਇਹ ਗਲਤ ਕੀਤਾ ਹੈ। ਜੋ ਕਰਦਾ ਹੈ ਨਾ ਉਹ ਤੇਰੇ ਨਾਲੋਂ ਬੜਾ ਸਿਆਣਾ ਹੈ,
ਉਹਦੇ ਕੀਤੇ ਹੋਏ ਕੰਮ ਦੇ ਉੱਪਰ ਕਦੇ ਤਰਕ ਨਾ ਕਰਨਾ ਕਰ। ਈਸ਼ਵਰ ਕੀ ਮਰਜ਼ੀ ਮੈਂ ਚੱਲੇ ਤੇ ਈਸ਼ਵਰ ਦੀ ਅਕਾਲ ਪੁਰਖ ਦੀ ਮਰਜ਼ੀ ਦੇ ਵਿੱਚ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ। ਹਰਿ ਸਹਿਤ ਮਤਿ ਸੰਤ ਵਿਸਾਲੇ, ਜਿਹੜੇ ਸਾਧੂ ਸੰਤ ਨੇ ਨਾ ਉਹ ਖੁਸ਼ੀ ਦੇ ਸਮੇਤ ਰਹਿੰਦੇ ਨੇ, ਰੱਬ ਦੇ ਕੀਤੇ ਨੂੰ ਕਦੇ ਨਹੀਂ ਮੋੜਦੇ, ਰੱਬ ਦੇ ਕੀਤੇ ਨੂੰ ਕਦੇ ਨਹੀਂ ਛੱਡਦੇ, ਸਦਾ ਉਹਦੇ ਹੁਕਮ ਦੇ ਵਿੱਚ ਪ੍ਰਸੰਨ ਰਹਿੰਦੇ, ਐਸੇ ਜਿਹੜੇ ਮਹਾਤਮਾ ਹੋਇਆ ਕਰਦੇ ਹਨ। ਸੁਣ ਭੂਪਤ ਗੁਰਬਾਣੀ ਸਾਰ, ਜਦੋਂ ਇਸ ਤਰ੍ਹਾਂ ਸੁਣਿਆ ਨਾ ਰਾਜੇ ਨੇ ਬਚਨ ਸਤਿਗੁਰੂ ਜੀਆਂ ਦਾ, ਵੀ ਸਤਿਗੁਰੂ ਜੋ ਆਖਦੇ ਠੀਕ ਆਖਦੇ ਹਨ, ਹਿਰਦੇ ਵਿਚਾਰਤ ਤੂਸ਼ਨ ਧਾਰ, ਮਨ ਵਿੱਚ ਸੋਚਣ ਲੱਗ ਪਿਆ। ਹੁਣ ਰਾਜੇ ਦੀ ਹਿੰਮਤ ਤੇ ਹੈ ਨਹੀਂ ਵੀ ਬੋਲੇ, ਕਿਉਂਕਿ ਸਤਿਗੁਰਾਂ ਨੇ ਜੋ ਬਚਨ ਕਹਿ ਦਿੱਤਾ, ਰਾਜੇ ਨੂੰ ਪਤਾ ਵੀ ਪਹਿਲਾਂ ਵੀ ਮੈਂ ਪਰਖ ਕੀਤੀ ਹੈ, ਅਤੇ ਸਤਿਗੁਰਾਂ ਨੇ ਆਖਿਆ ਸੀ ਰਾਜ ਤੇਰੇ ਕੋਲ ਨਹੀਂ ਰਹਿਣਾ, ਤੇਰੀ ਰਾਣੀ ਰਾਜ ਕਰੇਗੀ। ਜੇ ਹੁਣ ਮੈਂ ਕੋਈ ਕੀਤਾ ਵਾਧਾ ਘਾਟਾ ਬਚਣ, ਤਾਂ ਮਹਾਰਾਜ ਕਿਤੇ ਹੋਰ ਨਾ ਕੋਈ ਗੱਲ ਕਹਿ ਦੇਣ। ਹੁਣ ਰਾਜੇ ਨੂੰ ਇਹ ਗੱਲ ਭਾਵੇਂ ਪੂਰੀ ਤਰ੍ਹਾਂ 'ਤੇ ਸਹਿਮਤ ਨਹੀਂ ਹੋਇਆ, ਪਰ ਚੁੱਪ ਕਰ ਗਿਆ ਵੀ ਮਹਾਰਾਜ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ। ਕਹਾਂ ਕਹਿਣ ਸਰਬਗਨ ਸੰਗ, ਮਨ ਵਿੱਚ ਸੋਚਦਾ ਵੀ ਸਤਿਗੁਰਾਂ ਨੂੰ ਕੀ ਕਹਾਂ, ਇਹ ਹੈ ਤਾਂ ਸਮਰੱਥ, ਜੇ ਮੈਂ ਕੋਈ ਸਲਾਹ ਦੇਵਾਂਗਾ ਤਾਂ ਇਹਨਾਂ ਨੇ ਕਹਿਣਾ ਤੂੰ ਬਹੁਤਾ ਸਿਆਣਾ ਸਾਡੇ ਨਾਲੋਂ, ਇਹ ਹੈ ਤਾਂ ਸਮਰੱਥ, ਮੈਂ ਇਹਨਾਂ ਨੂੰ ਕੀ ਕਹਿ ਕੇ ਸਲਾਹ ਦੇਵਾਂ। ਇਸ ਤਰ੍ਹਾਂ ਸੋਚਦਾ ਹੈ। ਜੋ ਕੁਛ ਕਰੈ ਸੋ ਆਪਣ ਉਮੰਗ, ਜੋ ਇਹ ਕਰਦੇ ਨੇ ਠੀਕ ਹੀ ਕਰਦੇ ਨੇ, ਇਸ ਕਰਕੇ ਮੈਨੂੰ ਕੁਝ ਨਹੀਂ ਕਹਿਣਾ ਚਾਹੀਦਾ। ਬੈਠੋ ਰਹਿਓ ਸੋ ਕੇਤਕ ਕਾਲ, ਉਹ ਸਮਾਂ ਤੇ ਬੈਠਾ ਰਿਹਾ, ਪਰ ਹੁਣ ਔਰੰਗਜ਼ੇਬ ਦੀ ਗੱਲ ਵੀ ਚੇਤੇ ਆਉਂਦੀ ਪਈ ਹੈ। ਔਰੰਗਜ਼ੇਬ ਨੇ ਇਹਨੂੰ ਭੇਜਿਆ ਵੀ ਸਤਿਗੁਰਾਂ ਨੂੰ ਮਨਾ ਅਸੀਂ ਮਿਲਣਾ ਚਾਹੁੰਦੇ ਹਾਂ। ਕੁਝ ਸਮਾਂ ਤੇ ਜੈ ਸਿੰਘ ਰਾਜਾ ਬੈਠਾ ਰਿਹਾ ਹੈ। ਦੇਖ ਗੁਰੂ ਤਨ ਚਿੰਤ ਵਿਸਾਲ, ਇਹਦੇ ਮਨ ਵਿੱਚ ਬੜੀ ਚਿੰਤਾ ਹੈ ਵੀ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰ ਤਾਪ ਲੈ ਲਿਆ, ਇਹਨਾਂ ਨੂੰ ਇਹ ਸੀਤਲਾ ਦੇ ਦਾਣੇ ਨਿਕਲ ਆਏ ਨੇ, ਪਤਾ ਨਹੀਂ ਇਹਨਾਂ ਨੇ ਕੀ ਭਾਣਾ ਵਰਤਾਉਣਾ ਹੈ। ਹੁਣ ਜੈ ਸਿੰਘ ਸਵਾਈ ਰਾਜੇ ਦੇ ਮਨ ਵਿੱਚ ਬੜੀ ਚਿੰਤਾ ਹੈ ਵੀ ਸਤਿਗੁਰੂ ਕੀ ਕੌਤਕ ਕਰਨਗੇ, ਹੁਣ ਇਹ ਬਾਦਸ਼ਾਹ ਨੂੰ ਮਿਲਣ ਦੀ ਕਿਵੇਂ ਬੇਨਤੀ ਕਰੇਗਾ, ਸਤਿਗੁਰੂ ਅੱਗੋਂ ਰਾਜ਼ੀ ਹੋਣਗੇ ਜਾਂ ਨਹੀਂ ਰਾਜ਼ੀ ਹੋਣਗੇ, ਮੰਨਣਗੇ ਕਿ ਨਹੀਂ ਮੰਨਣਗੇ, ਜਾਂ ਅੱਗੇ ਕੀ ਭਾਣਾ ਵਰਤਾਉਣਗੇ, ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਜਾਣ ਕੇ ਮੁਆਫ ਕਰਨੀਆਂ, ਲਿਖੈ ਕਤੈ ਨਾ ਛੁਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ